ਲੈ ਵੀ ਦੋਸਤੋ ਪਤਾ ਲੱਗਿਆ ਹੈਗਾ ਵਾ, ਅਸੀਂ ਜਾ ਕੇ ਵੇਖਾਂਗੇ ਆਹ ਬੁੱਢਾ ਨਾਲਾ ਸੀ ਇੱਥੇ ਦਿਹਾੜੀ 20 ਵਾਰ ਲੰਘਦੇ ਹੈਗੇ ਆ ਜਾਣ ਵੇਲੇ ਹੁੰਦਾ, ਆਹ ਕਾਲਾ ਪਾਣੀ ਜਿਹੜਾ ਹੈਗਾ ਵਾ ਇਹਦੇ ਨਾਲ ਕਹਿੰਦੇ ਵੀ ਰਾਜਸਥਾਨ ਦਾ ਕੈਂਸਰ ਫੈਲ ਗਿਆ ਪਿੰਡਾਂ ਦੇ ਪਿੰਡ, ਯਾਨੀ ਕਿ ਅੱਜ ਕੱਲ੍ਹ ਕੈਂਸਰ ਦੇ ਮਾਰ ਹੇਠ ਆਏ ਹੋਏ ਨੇ। ਆਹੀ ਬੁੱਢਾ ਦਰਿਆ ਵਾ ਜਿਹੜਾ ਅੱਜ ਤੱਕ ਸਾਫ਼ ਨਹੀਂ ਹੋਇਆ। ਭਗਵੰਤ ਮਾਨ ਨੇ ਵੀ ਅੱਜ ਤੋਂ 2 ਸਾਲ ਪਹਿਲੇ ਕਿਹਾ ਸੀ 2.5 ਸਾਲ ਪਹਿਲੇ ਵੀ ਮੈਂ ਇਹਨੂੰ ਸਾਫ਼ ਕਰਵਾ ਦਿਆਂਗੇ 6 ਮਹੀਨਿਆਂ ਦੇ ਵਿੱਚ, ਉਹ ਵੀ ਲੰਘ ਗਿਆ, ਕਈ ਸੀਵਰੇਜ ਟ੍ਰੀਟਮੈਂਟ ਪਲਾਂਟ ਵੀ ਲੱਗ ਗਏ, ਕੋਈ ਗੱਲ ਨਹੀਂ ਹੋ ਰਹੀ। ਪਰ ਅੱਜ ਇੱਥੇ ਲੱਖਾਂ ਸਧਾਰਨ ਆਪਣੇ ਸਾਥੀਆਂ ਦੇ ਨਾਲ ਗੁਰਦੁਆਰਾ ਗੋਘਾਟ ਜਾ ਰਹੇ ਨੇ, ਉਹ ਕੀ ਕਹਿੰਦੇ ਨੇ ਇਹਦੇ ਬਾਰੇ, ਚਲੋ ਚੱਲਦੇ ਹਾਂ ਵੇਖਦੇ ਹਾਂ, ਚੱਲ ਕੇ ਚੈਨਲ ਸਬਸਕ੍ਰਾਈਬ ਕਰ ਦਿਓ ਦੋਸਤੋ, ਚਲੋ ਚੱਲੀਏ ਬਾਈ। ਚਲਦੇ ਚਲਦੇ ਅਸੀਂ ਆਏ ਹਾਂ ਗੋਘਾਟ ਗੁਰਦੁਆਰਾ, ਅੱਜ ਇੱਥੇ ਪ੍ਰੈਸ ਕਾਨਫਰੰਸ ਰੱਖੀ ਹੋਈ ਹੈ ਅਤੇ ਪ੍ਰੈਸ ਕਾਨਫਰੰਸ ਦੇ ਵਿੱਚ ਜਿਹੜਾ ਕਿ 3 ਦਸੰਬਰ ਨੂੰ ਬੁੱਢੇ ਦਰਿਆ ਦੇ ਡੈਂਗਾ ਦਾ ਪਾਣੀ ਆ ਰਿਹਾ, ਬੁੱਢੇ ਦਰਿਆ ਨੂੰ ਜਿਹੜਾ ਬੰਨ ਲਾ ਕੇ ਬੰਦ ਕੀਤਾ ਜਾਊਗਾ, ਜਿਹੜਾ ਪਾਣੀ ਕੈਮੀਕਲ ਵਾਲਾ ਪੈ ਰਿਹਾ, ਦੇਖਦੇ ਹਾਂ ਅੰਦਰ। ਚੈਨਲ ਸਬਸਕ੍ਰਾਈਬ ਕਰ ਦਿਓ ਅਤੇ ਜਿਹੜੇ ਲੋਕ ਆਏ ਨੇ, ਜਿਹੜੇ ਸੋਸ਼ਲ ਵਰਕਰ ਆਏ ਨੇ, ਉਹ ਕੀ ਕਹਿੰਦੇ ਨੇ ਬੁੱਢੇ ਦਰਿਆ ਦੇ ਬਾਰੇ ਅਤੇ ਜਿਹੜਾ 3 ਦਸੰਬਰ ਨੂੰ ਬੰਦ ਕਰਨਾ ਬੁੱਢਾ ਦਰਿਆ ਉਹਦੇ ਬਾਰੇ ਕੀ ਕਹਿੰਦੇ ਨੇ, ਚਲੋ ਸੁਣਦੇ ਹੈਗੇ ਹਾਂ। ਵਾਹਿਗੁਰੂ ਜੀ ਕੀ ਫਤਿਹ। ਸਾਰਿਆਂ ਨੂੰ ਪਹਿਲਾਂ ਇਸ ਪਵਿੱਤਰ ਥਾਂ 'ਤੇ ਜਿਹੜਾ ਹੁਣ ਤੱਕ ਮੀਡੀਆ ਵਾਲੇ ਭਰਾਵਾਂ ਦਾ ਸਾਨੂੰ ਸਾਥ ਰਿਹਾ, ਅਸੀਂ ਉਹਦੇ ਲਈ ਧੰਨਵਾਦ ਕਰਦੇ ਹਾਂ। ਕਿਉਂਕਿ ਜਿੰਨੀ ਵਾਰੀ ਵੀ ਇਹ ਮੁਹਿੰਮ ਇਸ ਤੋਂ ਪਹਿਲਾਂ ਵੀ ਜਿੱਥੇ ਵੀ ਅਸੀਂ ਇਕੱਠੇ ਹੋਏ ਹਾਂ, ਜਿੱਥੇ ਵੀ ਫਤਿਹ ਹੋਈ ਆ, ਔਰ ਇਹ ਜਿਹੜਾ ਧੰਨਵਾਦ ਆ ਇਹ ਅਸੀਂ ਪਿਛਲੇ ਸਮੇਂ ਦਾ ਪਹਿਲਾਂ ਤੁਹਾਡਾ ਕਰਨ ਲੱਗੇ ਹਾਂ, ਕਿਉਂਕਿ ਉੱਥੇ ਤੁਹਾਡਾ ਜਿਹੜਾ ਯੋਗਦਾਨ ਰਿਹਾ ਆ, ਚਾਹੇ ਸਰਕਾਰਾਂ ਦਾ ਕਿਸ ਵੀ ਤਰੀਕੇ ਦਾ ਰਵੱਈਆ ਪੰਜਾਬ 'ਚ ਰਿਹਾ, ਪਰ ਤੁਸੀਂ ਬਰਾਬਰ ਦੇ ਭਾਗੀਦਾਰ ਸੀ। ਅਤੇ ਇਹ ਜਿਹੜਾ ਸੈਂਟੀਮੈਂਟ ਹੈ ਸਾਡੀਆਂ ਸਾਰੀਆਂ ਜਥੇਬੰਦੀਆਂ ਦਾ ਪੰਜਾਬ ਦੇ ਮੀਡੀਆ ਦੇ ਲਈ ਸਾਂਝਾ ਆ ਕਿ ਤੁਸੀਂ ਹੁਣ ਤੱਕ ਸਾਡਾ ਬਹੁਤ ਸਾਥ ਦਿੱਤਾ, ਉਹਦੇ ਲਈ ਧੰਨਵਾਦ। ਦੂਸਰਾ, ਆਪਾਂ ਜਿੱਥੇ ਅੱਜ ਇਕੱਠੇ ਹੋਏ ਹਾਂ ਇਹ ਕੋਈ ਪਿੰਡ ਦਾ ਨਹੀਂ, ਕੋਈ ਸ਼ਹਿਰ ਦਾ ਨਹੀਂ, ਕੋਈ ਇੱਕ ਜ਼ਿਲ੍ਹੇ ਦਾ ਨਹੀਂ, ਇਹ ਭਾਰਤ ਦਾ ਸਾਰਿਆਂ ਨਾਲੋਂ ਵੱਡਾ ਮੁੱਦਾ, ਜਿੱਥੇ ਬਹੁਤ ਵੱਡੇ ਪੱਧਰ 'ਤੇ ਲੋਕਾਂ ਦਾ ਘਾਣ ਵੀ ਹੋਣ ਡਿਆ, ਕੱਲ੍ਹ ਨੂੰ ਇਹਦੇ 'ਤੇ ਫੂਡ ਸਿਕਿਉਰਿਟੀ ਦਾ ਇਸ਼ੂ ਵੀ ਹੋ ਸਕਦਾ, ਅਤੇ ਪੂਰੀ ਦੁਨੀਆ ਦਾ ਜਿਹੜਾ ਸਾਰਿਆਂ ਨਾਲੋਂ ਜਰਖੇਜ਼ ਕਿੱਤਾ ਆ, ਜਿਹਦੇ ਕੋਲ ਪਾਣੀ ਦੀ ਬਹੁਤਾਤ ਸੀ ਹਮੇਸ਼ਾ, ਉਹਨੂੰ ਖਤਰੇ ਦੇ ਵਿੱਚ ਚੰਦ ਲੋਕਾਂ ਨੇ ਆਪਣੇ ਕਤਲਖਾਨੇ ਖੋਲ੍ਹ ਕੇ ਸਾਨੂੰ ਪਾ ਦਿੱਤਾ। ਔਰ ਬੜੇ ਸਬਰ ਵਾਲੇ ਸਾਡੇ ਲੋਕ ਆ, ਇਸ ਲੜਾਈ ਨੂੰ ਬਹੁਤ ਸਬਰ ਨਾਲ ਲੜਿਆ, ਕਦੇ ਲਾਂਭਾ ਨਹੀਂ ਦਿੱਤਾ, ਕਦੇ ਇੰਡਸਟਰੀ ਦਾ ਨਾਂ ਨਹੀਂ ਲਿਆ, ਅਤੇ 40 ਸਾਲ ਕੱਟ ਲਏ। ਪਰ ਹੁਣ ਸਾਡੇ ਕੋਲੋਂ ਆਪਣੇ ਜਵਾਕ ਬਿਨਾਂ ਅੰਗਾਂ ਤੋਂ ਜੰਮਦੇ ਜਿਹੜੇ ਆ ਉਹ ਵੇਖੇ ਨਹੀਂ ਜਾਣ ਡਏ। ਹੁਣ ਮਾਵਾਂ ਆਪਣੇ ਨਿਆਣਿਆਂ ਨੂੰ, ਬਜ਼ੁਰਗਾਂ ਨੂੰ ਨਹੀਂ, ਨਿਆਣਿਆਂ ਨੂੰ ਕੀਮੋਥੈਰੇਪੀ ਲਵਾਉਣ ਦੇ ਲਈ ਹਸਪਤਾਲ ਜਾਣ ਡਈਆਂ। ਹੁਣ ਡਾਕਟਰ ਵੀ ਦੱਸੀ ਜਾਂਦੇ ਆ ਵੀ ਤੁਹਾਡੇ ਇਲਾਕੇ ਦੇ, ਤੁਹਾਡੇ ਪਿੰਡ ਦੇ, ਤੁਹਾਡੇ ਮੁਹੱਲੇ ਦੇ ਬਹੁਤ ਅਸੀਂ ਆਪਰੇਸ਼ਨ ਕਰ ਚੁੱਕੇ ਹਾਂ ਵੀ ਤੁਸੀਂ ਏਰੀਆ ਛੱਡ ਜਾਓ, ਤੁਹਾਡਾ ਪਾਣੀ ਖਰਾਬ ਆ। ਪਰ ਸਰਕਾਰਾਂ ਹੁਣ ਤੱਕ ਇੱਕੋ ਹੀ ਗੱਲ ਕਰੀ ਜਾਂਦੀਆਂ ਬਈ ਅਸੀਂ ਇਸ ਜ਼ਹਿਰ ਨੂੰ ਸੁੱਟਣੋਂ ਰੋਕ ਨਹੀਂ ਸਕਦੇ, ਅਸੀਂ ਬਾਰ ਬਾਰ ਬੁੱਢਾ ਦਰਿਆ ਸਾਫ਼ ਕਰਾਂਗੇ ਤੁਹਾਡੇ ਪੈਸੇ ਦੇ ਨਾਲ। ਆਪਣੇ ਬੰਦੇ ਗਵਾ ਕੇ ਸਾਡੀ ਬੱਸ ਹੋ ਗਈ ਆ, ਇਸ ਲਈ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ 18 ਜੂਨ ਤੋਂ ਸ਼ੁਰੂ ਹੋਇਆ ਕਾਲੇ ਪਾਣੀ ਦਾ ਮੋਰਚਾ, 24 ਤਰੀਕ ਦੇ ਇਕੱਠ ਤੋਂ ਬਾਅਦ ਬਾਕੀ ਕੋਰਟ ਕਚਹਿਰੀਆਂ ਸਾਰੀਆਂ ਲੜਾਈਆਂ ਵੇਖਦੇ ਹੋਏ ਅੱਜ ਉਸ ਮੁਕਾਮ 'ਤੇ ਪਹੁੰਚਿਆ ਵੀ ਸਾਨੂੰ ਆਪਣੇ ਲੋਕਾਂ ਨੂੰ ਬਚਾਉਣ ਦੇ ਲਈ ਇਹਨਾਂ ਜ਼ਹਿਰਾਂ ਨੂੰ ਆਪ ਨੱਥ ਪਾਉਣੀ ਪੈਣੀ ਹੈ। ਉਸੇ ਸਿਲਸਿਲੇ ਦੇ ਵਿੱਚ ਅਸੀਂ ਜਿੱਥੇ ਅੱਜ ਇੱਕ ਪਵਿੱਤਰ ਥਾਂ 'ਤੇ ਬੈਠੇ ਹਾਂ, ਗੁਰਦੁਆਰਾ
ਸ਼੍ਰੀ ਗਊਘਾਟ ਸਾਹਿਬ ਬੁੱਢੇ ਦਰਿਆ ਦੇ ਕੰਢੇ 'ਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਥਾਂ, ਔਰ ਉੱਥੋਂ ਆਪ ਜੀ ਦੇ ਨਾਲ ਮੁਖਾਤਬ ਹੋ ਕੇ ਜਿਹੜੀ ਅੱਜ ਦੀ ਪੀ ਸੀ ਹੈ, ਜਿਹਦੇ ਲਈ ਹੁਣ ਮੇਰੇ ਤੋਂ ਬਾਅਦ ਅਮਿਤੋਜ ਮਾਨ ਜੀ ਮੇਰੇ ਨਾਲ ਬੈਠੇ ਹੈ, ਇਹ ਤੁਹਾਡੇ ਨਾਲ ਗੱਲਬਾਤ ਕਰਨਗੇ ਔਰ ਇਸ ਪੀ ਸੀ ਨੂੰ ਅੱਗੇ ਚਲਾਉਣਗੇ। ਧੰਨਵਾਦ। ਬਹੁਤ ਸਹੀ ਕਿਹਾ ਬੈਂਸ ਸਾਹਿਬ ਨੇ, ਤੁਹਾਡੀ ਬਹੁਤ ਮਿਹਰਬਾਨੀ। ਔਰ ਜੋ ਲੋਕਤੰਤਰ ਹੈ ਉਹਦੇ ਵਿੱਚ ਮੀਡੀਆ ਦਾ ਬਹੁਤ ਵੱਡਾ ਹੱਥ ਹੁੰਦਾ। ਕਿਸਾਨ ਅੰਦੋਲਨ ਵੇਲੇ ਵੀ ਅਸੀਂ ਸਾਰਿਆਂ ਨੇ ਤੁਹਾਡਾ ਬਹੁਤ ਥੈਂਕਸ ਕੀਤਾ ਸੀ, ਔਰ ਸਾਰੇ ਅੰਦੋਲਨ ਜਿੰਨੇ ਚੱਲ ਰਹੇ ਨੇ। ਰਾਤ ਅਸੀਂ ਖਨੌਰੀ ਸੀਗੇ, ਮੈਨੂੰ ਲੱਗਦਾ ਤੁਹਾਡੇ ਬਿਨਾਂ ਪੋਸੀਬਲ ਨਹੀਂ ਗਾ, ਔਰ ਤੁਸੀਂ ਇੱਕ ਪਿੱਲਰ ਹੋ। ਔਰ ਸਾਡੀ ਬੇਨਤੀ ਵੀ ਹੈ ਤੁਹਾਨੂੰ, ਔਰ ਥੈਂਕਸ ਵੀ ਹੈ, ਜਾਂ ਕਹਿ ਲਓ ਤੁਹਾਡੀ ਮਿਹਰਬਾਨੀ ਵੀ ਹੈ ਕਿ ਤੁਸੀਂ ਉਸ ਪਿੱਲਰ ਨੂੰ ਉਵੇਂ ਹੀ ਬਣਾਇਆ ਹੋਇਆ, ਔਰ ਇਹਨੂੰ ਬਣਾਈ ਰੱਖਿਓ ਜੇ। ਅਗਲੀ ਗੱਲ ਜਿਹੜੀ ਕਰਨੀ ਹੈ, ਜਿਵੇਂ ਬੈਂਸ ਸਾਹਿਬ ਨੇ ਕਿਹਾ ਕਿ ਇੱਕ ਬੇਸ਼ਰਮੀ ਹੁੰਦੀ ਹੈ ਨਾ, ਬੇਸ਼ਰਮੀ ਕਿ ਤੁਹਾਡੀਆਂ ਸੰਵਿਧਾਨਕ ਜਿਹੜੇ ਤੁਹਾਡੀਆਂ ਬਾਡੀਜ਼ ਨੇ, ਕੌਨਸਟੀਟਿਊਸ਼ਨ ਬਾਡੀ ਨੇ, ਉਹ ਆਰਡਰ ਕਰ ਚੁੱਕੀਆਂ ਨੇ ਕਿ ਇਹਨੂੰ ਬੰਦ ਕਰੋ। ਕਮ ਸੇ ਕਮ ਜਿਹੜੇ 3 ਸੈਂਟਰ ਨੇ ਤੁਹਾਡੇ ਡਾਇੰਗ ਯੂਨਿਟ ਵਾਲੇ, ਬਹਾਦਰ ਕੇ ਵਾਲਾ, ਤਾਜਪੁਰ ਰੋਡ ਵਾਲਾ, ਫੋਕਲ ਪੁਆਇੰਟ ਵਾਲਾ, ਇਹਨਾਂ ਨੂੰ ਬੰਦ ਕਰੋ। ਤੁਹਾਨੂੰ ਸਾਰਿਆਂ ਨੂੰ ਬੁਲਾ ਕੇ 26 ਜਾਂ 28 ਅਗਸਤ ਨੂੰ ਅਸੀਂ ਇੱਕ ਪੀ ਸੀ ਕੀਤੀ ਸੀ ਡੀ ਸੀ ਆਫਿਸ, ਜਿੱਥੇ ਅਸੀਂ ਪੁਲਿਸ ਕਮਿਸ਼ਨਰ ਨੂੰ ਵੀ ਮਿਲੇ ਸੀ, ਟਿੱਬਾ ਪੁਲਿਸ ਸਟੇਸ਼ਨ 'ਚ ਵੀ ਰਿਪੋਰਟ ਕਰਾਈ ਸੀ ਕਿ ਯਾਰ ਆਰਡਰ ਹੋ ਗਿਆ, ਇਹਨੂੰ ਬੰਦ ਕਿਉਂ ਨਹੀਂ ਕਰਦੇ। ਫਿਰ ਅਸੀਂ ਗਵਰਨਰ ਸਾਹਿਬ ਨੂੰ ਮਿਲੇ, ਉਹ ਆਉਂਦੇ ਜੀ ਦੱਸੋ ਮੈਂ ਕੀ ਕਰ ਸਕਦਾ। ਅਸੀਂ ਉਹਨਾਂ ਨੂੰ ਕਿਹਾ ਤੁਸੀਂ ਕਸਟੋਡੀਅਨ ਨੂੰ ਲਾ ਦੇ। ਇੱਕ ਕੌਨਸਟੀਟਿਊਸ਼ਨ ਬਾਡੀਜ਼ ਆਰਡਰ ਕਰ ਚੁੱਕੀਆਂ ਨੇ, ਔਰ ਬਲੀਵ ਮੀ ਗਵਰਨਰ ਸਰਪ੍ਰਾਈਜ਼ ਸੀਗੇ ਕਿ ਇਹ ਕਿਵੇਂ ਹੋ ਸਕਦਾ। ਅਸੀਂ ਉਹਨਾਂ ਨੂੰ ਆਰਡਰਸ ਦਿਖਾਏ, ਆਂਦੇ ਮੈਂ ਮੁੱਖ ਮੰਤਰੀ ਨਾਲ ਗੱਲ ਕਰੂੰਗਾ। ਇਸ ਗੱਲ ਨੂੰ 1.5 ਤੋਂ 2 ਮਹੀਨੇ ਹੋ ਗਏ, ਕੋਈ ਕਾਰਵਾਈ ਨਹੀਂ। ਮੁੱਖ ਮੰਤਰੀ ਸਾਹਿਬ ਨੇ ਕੀ ਕਿਹਾ ਕੀ ਨਹੀਂ ਕਿਹਾ ਇਹਦਾ ਕੁਛ ਪਤਾ ਨਹੀਂ ਗਾ। ਇਹ ਜਿਹੜੀਆਂ ਗੱਲਾਂ ਹੋ ਰਹੀਆਂ ਨੇ ਨਾ, ਪਲੀਜ਼ ਯਾਰ ਬੰਦ ਕਰ ਲਓ ਖਾਏ ਨੂੰ। ਇਹ ਜਿਹੜੀਆਂ ਗੱਲਾਂ ਹੋ ਰਹੀਆਂ ਨੇ ਨਾ, ਇਹਨਾਂ ਚੀਜ਼ਾਂ ਨੂੰ ਸਾਨੂੰ ਧਿਆਨ ਦੇਣਾ ਚਾਹੀਦਾ। ਕੀ ਹੋ ਰਿਹਾ ਕਿ ਕੌਨਸਟੀਟਿਊਸ਼ਨ ਬਾਡੀਜ਼ ਕਹਿ ਰਹੀਆਂ ਨੇ, ਫਿਰ ਵੀ ਨਹੀਂ ਕਰ ਰਹੇ ਤੁਸੀਂ। ਲੋਕ ਮਰ ਰਹੇ ਨੇ, ਫਿਰ ਵੀ ਨਹੀਂ ਕਰ ਰਹੇ ਤੁਸੀਂ। ਰਾਜਸਥਾਨ ਨਾਲ ਆ ਕੇ ਖੜ ਗਿਆ ਕਿ ਅਸੀਂ ਵੀ ਆਉਣਾ, ਫਿਰ ਵੀ ਨਹੀਂ ਕਰ ਰਹੇ ਤੁਸੀਂ। ਤਾਂ ਫਿਰ ਮੈਨੂੰ ਦੱਸੋ, ਇਹ ਲੋਕਾਂ ਦੀ ਸਰਕਾਰ ਹੈ ਜਾਂ ਲੋਕਾਂ ਨੂੰ ਮਾਰਨ ਵਾਲੀ ਸਰਕਾਰ ਹੈ? ਉੱਥੇ ਵਲੀਪੁਰ ਤੁਸੀਂ ਗਏ ਹੋਣਾ ਨਾ ਸਾਡੇ ਨਾਲ, 60 ਸਾਲ ਤੋਂ ਉੱਤੇ ਕੋਈ ਬਜ਼ੁਰਗ ਨਹੀਂ ਗਾ, 60 ਸਾਲ ਤੋਂ ਉੱਤੇ, ਢਿੱਡ ਪਾੜੇ ਹੋਏ ਨੇ, ਬੱਚੇ ਮੈਂਟਲੀ ਰਿਟਾਰਡਡ ਜੰਮ ਰਹੇ ਨੇ। ਖੁਦ ਮੁੱਖ ਮੰਤਰੀ ਸਾਹਿਬ ਇਹ ਗੱਲਾਂ ਕਹਿ ਚੁੱਕੇ ਨੇ, ਸਪੀਕਰ ਸਾਹਿਬ ਕਹਿ ਚੁੱਕੇ ਨੇ, ਮਿਨਿਸਟਰਸ MLA ਕਹਿ ਚੁੱਕੇ ਨੇ, ਉਹ ਫਿਰ ਵੀ ਬੇਸ਼ਰਮੀ ਕਿ ਤੁਸੀਂ ਕਰੋ ਨਾ। ਲਾਣਤ ਹੈ ਯਾਰ, ਅਸੀਂ ਕਿਉਂ ਤੁਰੇ ਫਿਰਦੇ ਹਾਂ ਆਪਦੇ ਕੰਮ ਛੱਡ ਕੇ? ਇਸ ਕਰਕੇ ਤੁਰੇ ਫਿਰਦੇ ਹਾਂ ਕਿ ਲੋਕਾਂ ਦਾ ਬੁਰਾ ਹਾਲ ਹੈ। ਅਸੀਂ ਗਏ ਸੀਗੇ ਤਰੰਗ ਵਾਲਾ, ਮਾੜੀ ਮੁਸਤਫਾ, ਇੱਧਰ ਹਮੀਰਾ, ਇੱਧਰ ਫਤਿਹਗੜ੍ਹ ਸਾਹਿਬ ਦੇ ਨਾਲ ਪਿੰਡ ਨੇ, ਲੋਕ ਮਤਲਬ ਉਹ ਰੋਂਦੇ ਨੇ, ਆਉਂਦੇ ਨੇ ਜੀ ਸਾਡੀਆਂ ਫੋਟੋਆਂ ਤਾਂ ਸਾਰੇ ਖਿਚਾਉਂਦੇ ਆ, ਪਰ ਸਾਡੀ ਬਾਂਹ ਕੋਈ ਨਹੀਂ ਫੜਦਾ, ਰੋਕਦਾ ਕੋਈ ਨਹੀਂ। ਔਰ ਫਿਰ ਸਾਰੇ ਆ ਜਿਹੜੇ ਨਾਂ ਮੈਂ ਲਏ ਨਾ, ਤੁਹਾਨੂੰ ਇਹਨਾਂ ਦੇ ਨਾਂ ਲਏ ਜਾਂਦੇ ਨੇ ਕਿ ਨਾ ਮੁੱਖ ਮੰਤਰੀ ਬੋਲਦੇ ਨੇ, ਜਿਹੜੇ ਕਿ ਪਹਿਲਾਂ ਕਹਿੰਦੇ ਸੀ ਬੰਦ ਕਰਾਂਗੇ, ਹੁਣ ਕੀ ਹੋ ਗਿਆ? ਕਿਹੜੀਆਂ ਮਜਬੂਰੀਆਂ ਨੇ? ਹੁਣ ਮੈਂ ਤੁਹਾਨੂੰ ਦੱਸਦਾ ਮਜਬੂਰੀ ਕਿਹੜੀ ਹੈ, ਸਾਫ ਸਪਸ਼ਟ ਕਲੀਅਰ। ਪਹਿਲਾਂ ਬੋਲਦੇ ਨੇ ਵੋਟ ਚਾਹੀਦੀ ਹੁੰਦੀ ਹੈ, ਬਾਅਦ 'ਚ ਨਹੀਂ ਬੋਲਦੇ ਨੋਟ ਚਾਹੀਦੇ ਹੁੰਦੇ ਨੇ। ਉਹ ਤੁਸੀਂ ਆਪਦੀ ਜਨਰੇਸ਼ਨ ਮਾਰ ਦਿਓਗੇ,
ਤੁਸੀਂ ਲੋਕਾਂ ਨੂੰ ਤੜਪਾ, ਇੱਕ ਕਤਲ ਹੋ ਜੇ ਨਾ ਆਪਾਂ ਭੱਜੇ ਫਿਰਦੇ ਹੁੰਦੇ ਹਾਂ, ਕਾਲੇ ਪਾਣੀ ਦੀ ਸਜ਼ਾ, ਅਸੀਂ ਤਸਵੀਰਾਂ ਲਾਉਂਦੇ ਕਿੰਨੇ ਸਾਡੇ ਸ਼ਹੀਦ ਗਏ ਉੱਥੇ, ਅੱਜ ਸਾਰੇ ਪੰਜਾਬ ਨੂੰ, ਅੱਧੇ ਰਾਜਸਥਾਨ ਨੂੰ ਕਾਲੇ ਪਾਣੀ ਦੀ ਸਜ਼ਾ ਦਿੱਤੀ ਹੋਈ ਹੈ। ਕੌਣ ਰੋਕੂਗਾ ਉਹਨੂੰ ਜਿਹੜੇ ਲੋਕਾਂ ਨੇ ਚੁਣ ਕੇ ਭੇਜੇ? ਫਰਜ਼ ਉਹਨਾਂ ਦਾ, ਅਸੀਂ ਆਹੀ ਆਨੇ ਨਾ ਡੈਮੋਕਰੇਸੀ, ਲੋਕਾਂ ਲਈ, ਲੋਕਾਂ ਦੁਆਰਾ, ਇਹ ਲੋਕਾਂ ਲਈ ਹੈ, ਇਹ ਲੋਕਾਂ ਲਈ ਕਰ ਰਹੇ ਨੇ ਕੰਮ। ਸੋ ਇਹ ਨਹੀਂ ਕਰਨਗੇ, ਨਾ ਇਹਨਾਂ ਨੇ ਬੇਸ਼ਰਮੀ ਇਖਤਿਆਰ ਕਰ ਰਹੀ ਹੈ, ਨਾ ਇਹਨਾਂ ਨੂੰ ਕੌਨਸਟੀਟਿਊਸ਼ਨ ਬਾਡੀ ਦਾ ਕੋਈ ਲਿਹਾਜ਼ ਹੈ, ਨਾ ਇਹਨਾਂ ਨੂੰ ਲੋਕਾਂ ਦਾ ਲਿਹਾਜ਼ ਹੈ, ਨਾ ਇਨਸਾਨੀਅਤ ਹੈ ਇਹਨਾਂ 'ਚ। ਸੋ ਅਸੀਂ ਕਰਾਂਗੇ, ਜਿਵੇਂ ਤੁਹਾਨੂੰ ਪਿਛਲੀ ਵਾਰੀ ਬੁਲਾਇਆ ਸੀ, ਦੱਸਿਆ ਸੀ, ਸਾਰੇ ਪੰਜਾਬ ਅਤੇ ਰਾਜਸਥਾਨ ਤੋਂ ਲੋਕ ਆਏ ਸੀ, ਬਲਕਿ ਦੇਸ਼ ਤੋਂ ਹੀ ਕਹਿ ਲਓ, 24 ਅਗਸਤ ਨੂੰ ਕੀਤਾ ਸੀ ਨਾ ਆਪਾਂ, 24 ਅਗਸਤ ਨੂੰ। ਹੁਣ ਅਸੀਂ ਪਿਛਲੀ ਵਾਰੀ ਅਸੀਂ ਬੰਦ ਕਰਨਾ ਸੀ 15 ਸਪਟੰਬਰ ਤੋਂ ਬਾਅਦ, ਕਿਉਂ ਨਹੀਂ ਬੰਦ ਕੀਤਾ ਸੀ? ਕਿਉਂਕਿ ਪੰਜਾਬ ਪੋਲਿਊਸ਼ਨ ਬੋਰਡ ਨੇ ਵੀ ਕਹਿਤਾ ਸੀ ਕਿ ਅਸੀਂ ਬੰਦ ਕਰਨਾ ਚਾਹੁੰਦੇ ਹਾਂ, ਫਿਰ ਇਹਨਾਂ ਨੇ ਕਹਿਣਾ ਸੀ ਜੀ ਤੁਸੀਂ ਐਵੇਂ ਕਰਤਾ, ਅਸੀਂ ਤਾਂ ਖੁਦ ਕਰਨ ਵਾਲੇ ਸੀ, ਕਿੰਨਾ ਚਿਰ ਹੋ ਗਿਆ ਉਹਨਾਂ ਆਰਡਰਸ ਨੂੰ ਨਹੀਂ ਕਰ ਰਿਹਾ। ਹੁਣ ਸਾਡੀ 3 ਦਸੰਬਰ ਦੀ ਕਾਲ ਹੈ, ਅਸੀਂ ਤਾਜਪੁਰ ਰੋਡ ਵਾਲਾ ਔਰ ਫੋਕਲ ਪੁਆਇੰਟ ਵਾਲਾ, ਇਹਨਾਂ ਦੋਨਾਂ ਨੂੰ ਚਿੱਟੇ ਦਿਨ ਲੋਕਾਂ ਦੇ ਨਾਲ, ਦੋ ਸੂਬਿਆਂ ਦੇ ਲੋਕ ਆਉਣਗੇ ਅਤੇ ਬਾਕੀ ਦੇਸ਼ 'ਚੋਂ ਵੀ ਲੋਕ ਆਉਣਗੇ, ਜਿੱਥੋਂ 9 ਕਰੋੜ ਲੀਟਰ ਪਾਣੀ 250 ਡਾਇੰਗ ਯੂਨਿਟ ਵਾਲਿਆਂ ਦਾ ਬੁੱਢੇ ਦਰਿਆ ਨੂੰ ਬੁੱਢਾ ਨਾਲਾ ਬਣਾਉਂਦਾ ਹੋਇਆ ਪੈਂਦਾ ਹੈ, ਜਿਹੜਾ ਕਿ ਕੋਈ ਸੈਂਟਰ ਕਲੀਨ ਨਹੀਂ ਕਰ ਸਕਦਾ। ਸ਼ਰਮ ਕਾਨੂੰਨ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਨੇ, ਉਹਨੂੰ ਬੰਦ ਕਰਾਂਗੇ, ਕਲੀਅਰ ਕੱਟ ਬੰਦ ਕਰਾਂਗੇ। ਉਹਦੇ ਲਈ 12 ਵਜੇ ਵੇਰਕਾ ਪਲਾਂਟ ਵਾਲੀ ਪਲੇਸ, ਜਿੱਥੇ ਪਿਛਲੀ ਵਾਰੀ ਵੀ ਮਿਲੇ ਸੀਗੇ, ਜੋ ਫਿਰੋਜ਼ਪੁਰ ਰੋਡ ਹੈ ਲੁਧਿਆਣੇ ਤੋਂ ਫਿਰੋਜ਼ਪੁਰ ਨੂੰ ਜਾਂਦਿਆਂ, ਵੇਰਕਾ ਪਲਾਂਟ ਦੇ ਸਾਹਮਣੇ ਬ੍ਰਿਜ ਦੇ ਥੱਲੇ 12 ਵਜੇ ਅਸੀਂ ਲੋਕਾਂ ਨੂੰ ਬੁਲਾ ਰਹੇ ਹਾਂ, ਉੱਥੇ ਮਿਲਾਂਗੇ, ਅਸੈਂਬਲ ਹੋਵਾਂਗੇ, ਇਕੱਠੇ ਹੋਵਾਂਗੇ, ਔਰ ਉੱਥੋਂ ਚੱਲ ਕੇ ਜਾ ਕੇ ਜੋ ਤਾਜਪੁਰ ਰੋਡ ਵਾਲੀ ਅਤੇ ਫੋਕਲ ਪੁਆਇੰਟ ਵਾਲੀ ਜਗ੍ਹਾ ਜੇਲ੍ਹ ਦੇ ਨਾਲ, ਉੱਥੇ ਪਹੁੰਚਾਂਗੇ ਅਤੇ ਇਹਨਾਂ ਦੋਨਾਂ ਸੈਂਟਰਾਂ ਨੂੰ ਬੰਦ ਕਰ ਦਿਆਂਗੇ। ਇਹਦੀ ਅਸੀਂ ਪਹਿਲਾਂ ਰਿਹਰਸਲ ਵੀ ਕਰ ਚੁੱਕੇ ਹਾਂ, ਇਹਨੂੰ ਬੰਦ ਕਰਾਂਗੇ, ਔਰ ਬੰਦ ਕਰਨ ਤੋਂ ਬਾਅਦ ਅਸੀਂ ਇਸ ਗੌਰਮੈਂਟ ਨੂੰ ਪੁੱਛਾਂਗੇ ਕਿ ਇਸ ਜਿਹਦੇ ਨਾਲ ਲੋਕ ਮਰ ਰਹੇ ਨੇ, ਤੁਸੀਂ ਇਹਨੂੰ ਦੁਬਾਰਾ ਖੋਲੂਗੇ? ਜਿਹਨੂੰ ਕੌਨਸਟੀਟਿਊਸ਼ਨ ਬਾਡੀਜ਼, ਸੰਵਿਧਾਨਕ ਬਾਡੀਜ਼ ਕਹਿ ਚੁੱਕੀਆਂ ਨੇ ਕਿ ਬੰਦ ਹੋਣਾ ਚਾਹੀਦਾ, ਕੀ ਤੁਸੀਂ ਉਹਨੂੰ ਦੁਬਾਰਾ ਖੋਲੂਗੇ? ਤਾਂ ਫਿਰ ਇਹ ਸਰਕਾਰ ਲੋਕਾਂ ਦੁਆਰਾ ਨਹੀਂ, ਲੋਕਾਂ ਨੂੰ ਮਾਰਨ ਲਈ ਸਰਕਾਰ ਹੋਊਗੀ, ਲੋਕਾਂ ਦਾ ਕਤਲ ਕਰਨ ਵਾਲੀ ਸਰਕਾਰ ਹੋਊਗੀ, ਔਰ ਫਿਰ ਪਹਿਲੀਆਂ ਪਾਰਟੀਆਂ ਨਹੀਂ, ਸਿਰਫ ਅਸੀਂ ਇਸ ਸਰਕਾਰ ਨੂੰ ਦੋਸ਼ੀ ਠਹਿਰਾਵਾਂਗੇ, ਕਿਉਂਕਿ ਪਹਿਲਿਆਂ ਨੇ ਜੋ ਕਰਨਾ ਸੀ ਕਰਤਾ। ਹੁਣ ਦੁਬਾਰਾ ਅਗਰ ਇਹ ਖੋਲਣਗੇ ਜਾਂ ਸਾਨੂੰ ਉਦਣ ਰੋਕਣਗੇ, ਖੋਲਣ ਨਹੀਂ ਦੇਣਗੇ, ਤਾਂ ਇਹ ਦੋਸ਼ੀ ਹੋਣਗੇ, ਔਰ ਸਾਰੇ ਰਾਜਸਥਾਨ ਔਰ ਪੰਜਾਬ ਤੋਂ ਲੋਕ ਆਉਣਗੇ। ਜੇ ਕਿਤੇ ਰਾਹ 'ਚ ਰੋਕਣ ਦੀ ਕੋਸ਼ਿਸ਼ ਹੋਈ, ਮੇਰੀ ਉਹਨਾਂ ਸਾਰੇ ਆਉਣ ਵਾਲਿਆਂ ਨੂੰ ਵੀ ਹੱਥ ਜੋੜ ਕੇ ਅਪੀਲ ਹੈ, ਜਿੱਥੇ ਤੁਹਾਨੂੰ ਰੋਕਣ ਉਸ ਰੋਡ ਨੂੰ ਬਲੌਕ ਕਰਕੇ ਬਹਿ ਜਾਓ। ਜੇ ਤੁਹਾਨੂੰ ਇਹ ਰੋਕਦੇ ਨੇ ਪ੍ਰਸ਼ਾਸਨ, ਹੁਣ ਤੁਸੀਂ ਸੋਚੋ ਪ੍ਰਸ਼ਾਸਨ ਕਾਹਦੇ ਲਈ ਹੁੰਦਾ? ਤੁਹਾਡੀ ਹੈਲਪ ਕਰਨ ਲਈ, ਲਾਅ ਐਂਡ ਆਰਡਰ ਨੂੰ ਲਾਗੂ ਰੱਖਣ ਲਈ, ਅਤੇ ਲੋਕ ਜਿਹੜੇ ਮਰ ਰਹੇ ਨੇ ਇਹ ਆਉਂਦੇ, ਉਹਨਾਂ ਨੂੰ ਮਰਨ ਦਿਓ, ਅਸੀਂ ਰੋਕਾਂਗੇ। ਕੱਲ੍ਹ ਅਸੀਂ ਖਲੋਰੀ ਬਾਰਡਰ ਸੀ, ਉੱਥੇ ਸਾਡੇ ਇੱਕ ਕਮਿਸ਼ਨਰ DIG ਨੇ ਸੰਧੂ ਸਾਹਿਬ, ਸਿੱਧੂ ਸਾਹਿਬ
ਤੇ ਨਾਨਕ ਸਿੰਘ ਜੀ ਪੁਲਿਸ ਐਡਮਿਨਿਸਟ੍ਰੇਸ਼ਨ ਵੱਲੋਂ ਆਏ ਤੇ ਪੁੱਛ ਰਹੇ ਤੁਹਾਡੀਆਂ ਮੰਗਾਂ ਕੀ ਨੇ ਕਿਸਾਨਾਂ ਤੋਂ। ਮੈਨੂੰ ਸਮਝ ਨਹੀਂ ਆ ਰਿਹਾ ਇਹ ਲੀਡਰ ਕਿੱਧਰ ਚਲੇ ਗਏ ਨੇ, ਇਹ ਕੰਮ ਤਾਂ ਉਹਨਾਂ ਦਾ ਜਾਂ ਸਿਵਲ ਐਡਮਿਨਿਸਟ੍ਰੇਸ਼ਨ ਦਾ। ਪੁਲਿਸ ਕਦੋਂ ਤੋਂ ਮੰਗਾਂ ਪੁੱਛ ਕੇ ਉਹਨਾਂ ਦੇ ਇਲਾਜ ਕਰਾਉਣ ਲੱਗ ਗਈ? ਇਹ ਡੈਮੋਕਰੈਟਿਕ ਸਟੇਟ ਹੈ ਜਾਂ ਪੁਲਿਸ ਸਟੇਟ ਹੈ? ਕੀ ਹੁਣ ਡੈਮੋਕਰੇਸੀ ਦੇ ਲੈਵਲ ਤੇ ਸਾਹਮਣੇ ਆ ਗਏ ਕਿ ਮੁੱਖ ਮੰਤਰੀ ਸਾਹਿਬ 70 ਲੋਕਾਂ ਨੂੰ ਮਿਲਦੇ ਨੇ, ਸਾਨੂੰ ਨਹੀਂ ਮਿਲ ਸਕਦੇ ਆ ਕੇ? ਖੈਰ ਆ ਕੇ ਨਵਾਂ ਕੀ ਵੇਖਣਾ, ਇਹਨਾਂ ਨੇ ਤਾਂ ਵੇਖਿਆ ਹੋਇਆ, ਲੌਜਿਕ ਦੇ ਸਕਦੇ ਨੇ, ਇਹਨੂੰ ਬੰਦ ਕਿਉਂ ਨਹੀਂ ਕਰ ਰਹੇ? ਇੱਕ ਥਾਂ ਤੇ ਮੈਂ ਉਹਨਾਂ ਦੀ ਸਪੀਚ ਸੁਣ ਰਿਹਾ ਸੀ, ਕਹਿ ਰਹੇ ਸੀ ਜੀ ਆ ਫਲਾਨਾ ਪਿੰਡ, ਫਲਾਨਾ ਪਿੰਡ, ਫਲਾਨਾ ਪਿੰਡ ਬੜਾ ਬੁਰਾ ਹਾਲ ਹੈ। ਪਿੰਡਾਂ ਦੇ ਨਾਂ ਨਾਲ ਉਹ ਸਹੀ ਹੋ ਜਾਣਗੇ ਹਾਲਾਤ? ਮੈਨੂੰ ਲੱਗਦਾ ਉਹ ਭੁੱਲ ਜਾਂਦੇ ਨੇ ਕਦੇ ਕਦੇ ਕਿ ਉਹ ਸਰਕਾਰ 'ਚ ਨੇ ਜਾਂ ਆਪੋਜੀਸ਼ਨ 'ਚ ਨੇ। ਇਹ ਆਪੋਜੀਸ਼ਨ ਵਾਲੀਆਂ ਗੱਲਾਂ ਬੰਦ ਕਰੋ, ਤੁਹਾਨੂੰ ਲੋਕਾਂ ਨੇ ਉਹ ਹਰਾ ਪੈਨ ਜਿਹੜਾ ਆਉਂਦੇ ਸੀ ਦੇਤਾ, ਕਰੋ ਜਾ ਕੇ ਬੰਦ, ਲਿਖੋ ਆਰਡਰ, ਤੇ ਜੇ ਨਹੀਂ ਕਰ ਰਹੇ ਅਸੀਂ ਕਰਾਂਗੇ, ਤੁਸੀਂ ਰੋਕੋਗੇ ਤਾਂ ਤੁਸੀਂ ਜ਼ਿੰਮੇਦਾਰ ਹੋਵੋਗੇ ਅੱਗੇ। ਤੁਹਾਡੇ ਜੋ ਵੀ ਕੋਈ ਰਹਿ ਤਾਂ ਨਹੀਂ ਗੱਲ ਆਪਣੀ ਕਹਿਣ ਵਾਲੀ। ਇੱਕ ਇੱਕ ਸਾਡੇ ਜਿੰਨੇ ਵੀ ਪੰਜਾਬ ਦੇ ਲੋਕ ਆ, ਅਸੀਂ 40 ਸਾਲ ਜ਼ਹਿਰ ਪੀਤਾ, ਅਸੀਂ ਸਾਰਿਆਂ ਨੂੰ ਬੇਨਤੀ ਕਰਨਾ ਚਾਹੁੰਦੇ ਹਾਂ ਵੀ ਆਪਾਂ ਬਹੁਤ ਤਸ਼ੱਦਦ ਝੱਲਿਆ ਔਰ ਸਰਕਾਰਾਂ ਜਿਹੜੀਆਂ ਜ਼ਹਿਰ ਨਹੀਂ ਰੋਕ ਸਕੀਆਂ, ਸ਼ਾਇਦ ਉਹ ਸਾਨੂੰ ਰੋਕਣਗੀਆਂ ਜ਼ਰੂਰ, ਪਰ ਜਿਨ੍ਹਾਂ ਨੇ ਵੀ ਪਹੁੰਚਣਾ ਆ ਅਸੀਂ ਸੰਜਮ ਰੱਖਣਾ ਆ। ਕਿਸੇ ਵੀ ਥਾਂ ਦੇ ਉੱਤੇ ਚਾਹੇ ਜਿਸ ਵੀ ਤਰੀਕੇ ਦੀ ਪ੍ਰੋਵੋਕੇਸ਼ਨ ਹੋਵੇ, ਅਸੀਂ ਆਪਣਾ ਜਿਹੜਾ ਡਿਸਿਪਲਿਨ ਆ ਉਹ ਕਿਤੇ ਵੀ ਨਹੀਂ ਤੋੜਨਾ। ਦੂਸਰੀ ਵੱਡੀ ਗੱਲ, ਜਿਸ ਥਾਂ 'ਤੇ ਬੈਠੇ ਹਾਂ ਆਪਾਂ, 2022 ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਉਸ ਵੇਲੇ ਲੁਧਿਆਣੇ ਇੱਥੇ PAU ਆਏ ਸੀ, ਉਦੋਂ ਇਹਨਾਂ ਨੇ ਕਿਹਾ ਸੀ ਵੀ ਮੈਂ ਇਸ ਪਵਿੱਤਰ ਥਾਂ ਦਾ ਪਾਣੀ ਜਿਹੜਾ ਆ ਨਾ ਆਪ ਪੀ ਕੇ ਵਿਖਾਊਂਗਾ। ਪਰ ਮੈਨੂੰ ਲੱਗਦਾ ਕਿ ਸ਼ਾਇਦ ਬਹੁਤ ਜ਼ਿਆਦਾ ਸਮਾਂ ਹੋ ਗਿਆ, ਜਾਂ ਤਾਂ ਹੁਣ ਉਹ ਕਹਿ ਦੇਣ ਵੀ ਲੱਤਾਂ ਭਾਰ ਨਹੀਂ ਚੱਲਦੀਆਂ ਸਰਕਾਰ ਦੀਆਂ, ਜਾਂ ਉਹ ਇਹ ਦੱਸ ਦੇਣ ਵੀ ਹੁਣ ਅਸੀਂ ਕਿਹਨਾਂ ਦੇ ਲਈ, ਸਾਡੀ ਸਰਕਾਰ ਕਿਹਨਾਂ ਨੇ ਬਣਾਈ ਆ, ਸਾਡੀ ਉੱਠਣੀ ਬਹਿਣੀ ਕਿਹਨਾਂ ਦੇ ਨਾਲ ਆ ਪੰਜਾਬ ਦੇ ਲੋਕਾਂ ਨੂੰ ਛੱਡ ਕੇ, ਅਤੇ ਜਾਂ ਫਿਰ ਪੰਜਾਬ ਦੇ ਲੋਕਾਂ ਨੇ ਜਿਹੜਾ ਫੈਸਲਾ ਕੀਤਾ ਆ ਉਹ ਅਸੀਂ ਤੁਹਾਨੂੰ ਦੱਸ ਦਿੱਤਾ ਕਿ 3 ਤਰੀਕ ਨੂੰ ਇਹਨਾਂ ਕਤਲਖਾਨਿਆਂ ਦਾ ਜਿਹੜਾ ਜ਼ਹਿਰ ਆ ਉਹ ਥੋੜ੍ਹਾ ਜਿਹਾ ਬੋਝ ਪੰਜਾਬ ਦੇ ਉੱਤੋਂ ਲਾਹੁਣ ਦੀ ਜਿਹੜੀ ਆ ਉਹ ਕੋਸ਼ਿਸ਼ ਜਿਹੜੀ ਆ ਉਹ ਸਾਡੀ ਜਿਹੜੀ ਕਾਲੇ ਪਾਣੀ ਦੇ ਮੋਰਚੇ ਦੀ ਜਿਹੜੀ ਟੀਮ ਆ ਉਹ ਜਥੇਬੰਦੀ ਨੇ ਕਰ ਦੇਣੀ ਆ, ਔਰ ਤੁਹਾਡੇ ਸਾਰੇ ਪੰਜਾਬ ਦੇ ਲੋਕ ਔਰ ਮੀਡੀਆ ਕਰਮੀ ਤੁਹਾਡੇ ਸਾਰਿਆਂ ਦਾ ਜਿਹੜਾ ਸਹਿਯੋਗ ਜਿਹੜਾ ਆ ਉਹ ਅਸੀਂ ਉਡੀਕਾਂਗੇ। ਬਹੁਤ ਬਹੁਤ ਧੰਨਵਾਦ ਤੁਹਾਡੀ। ਮੈਂ ਕਹਿ ਦਿਆਂ ਇੱਕ ਨਾਲ ਜੋੜ ਕੇ ਕਿ ਇਹ ਮੇਰੀ, ਮੈਂ ਭੁੱਲ ਗਿਆ ਸੀ ਗੱਲ ਜੋ ਬੈਂਸ ਸਾਹਿਬ ਨੇ ਕਹੀ, ਮੇਰੀ ਸਾਰਿਆਂ ਨੂੰ ਗੁਜ਼ਾਰਿਸ਼ ਹੈ ਆਪਾਂ ਪ੍ਰਵੋਕ ਨਹੀਂ ਹੋਣਾ, ਐਕਸਾਈਟਡ ਨਹੀਂ ਹੋਣਾ, ਆਪਾਂ ਲੜਨਾ ਨਹੀਂ ਗਾ। ਆਪਾਂ ਗੁਰੂ ਕੇ ਬਾਗ ਦਾ ਮੋਰਚਾ ਵੀ ਜਿੱਤਿਆ ਸੀ, ਜੈਤੋ ਦਾ ਮੋਰਚਾ ਵੀ ਜਿੱਤਿਆ ਸੀ, ਆਜਾ ਲੱਖੇ, ਆਪਾਂ ਨਨਕਾਣਾ ਸਾਹਿਬ ਦਾ ਮੋਰਚਾ ਵੀ ਜਿੱਤਿਆ ਸੀ ਔਰ ਸ਼ਾਂਤੀ ਨਾਲ ਜਿੱਤਿਆ ਸੀ। ਇਹਨਾਂ ਨੇ ਸਾਨੂੰ ਪ੍ਰਵੋਕ ਕਰਨ ਦੀ ਕੋਸ਼ਿਸ਼ ਕਰਨੀ ਹੈ, ਇਹਨਾਂ ਨੇ ਸਾਨੂੰ ਕਿ ਅਸੀਂ ਐਕਸਾਈਟ ਹੋ ਕੇ ਇਹਨਾਂ ਨਾਲ ਲੜਨ ਦੀ ਕੋਸ਼ਿਸ਼ ਕਰਨੀ ਹੈ। ਮੇਰੀ ਸਾਰੇ ਆਉਣ ਵਾਲਿਆਂ ਨੂੰ ਬੇਨਤੀ ਹੈ ਕਿ ਅਸੀਂ ਜਮਾਂ ਵੀ ਰਿਐਕਟ ਨਹੀਂ ਕਰਨਾ, ਲੜਨਾ ਨਹੀਂ। ਹਾਂ, ਕੋਈ ਏਜੰਸੀਆਂ ਕੋਈ ਸਰਕਾਰੀ ਤੌਰ 'ਤੇ ਉਹਦੇ ਵਿੱਚ ਸ਼ਰਾਰਤ ਕਰਨ ਦੀ ਕੋਸ਼ਿਸ਼ ਹੋ ਸਕਦੀ ਹੈ, ਜਿੰਨੇ ਸਾਡੇ ਲੋਕ ਆਉਣ ਆਪਾਂ ਉਹਨੂੰ ਰਿਐਕਟ ਨਹੀਂ ਕਰਨਾ, ਸ਼ਾਂਤੀ ਨਾਲ ਆਉਣਾ ਔਰ ਆਪਦਾ ਕੰਮ ਕਰਨਾ, ਇਹ ਬਹੁਤ ਜ਼ਰੂਰੀ ਹੈ। ਔਰ ਇੱਕ ਲਾਸਟ ਗੱਲ ਕਹਿ ਕੇ ਮੈਂ ਲੱਖੇ ਨੂੰ ਕਹੂੰਗਾ, ਉਹ ਵੀ ਜ਼ਰੂਰ ਬੋਲਦੇ, ਕਿ ਕਦੇ ਕਦੇ ਕਹਿੰਦੇ ਨੇ ਕਿ ਸਾਡੀ ਜਿਹੜੀ ਇਨਕਮ ਹੈ ਸਰਕਾਰ ਦੀ ਉਹ ਕਿਵੇਂ ਆਊਗੀ। 1.5 ਲੱਖ ਕਰੋੜ ਦੀ ਆਪਣੀ ਹੈਗੀ ਹੈ ਇਨਕਮ, ਅਤੇ 4.25 ਲੱਖ ਕਰੋੜ ਸਾਡੇ ਸਿਰ ਕਰਜ਼ਾ ਹੈ, ਇਹ ਸਾਡੀਆਂ ਸਰਕਾਰ ਦੀਆਂ ਬੇਵਕੂਫੀਆਂ ਕਰਕੇ ਆ। ਪਰ ਮੈਂ ਥੋਤੋਂ ਇੱਕ ਪੁੱਛਦਾ ਹੈ
ਕਿ ਜਿਹੜੀ ਇਨਕਮ ਹੈ ਉਹ ਇਹਨਾਂ ਡਾਈ ਯੂਨਿਟਾਂ ਵਾਲੀ ਹੈ। ਦੁਨੀਆਂ ਦੇ ਵਿੱਚ ਇਹ ਬੰਦ ਹੋ ਗਈਆਂ, ਦੁਨੀਆਂ ਦੇ ਵਿੱਚ ਇੰਡਸਟਰੀ ਹੈ ਨਹੀਂ ਗੀ, ਹਿੰਦੁਸਤਾਨ ਛੇ ਨਹੀਂ ਗੀ। 2011 ਚ ਤਮਿਲਨਾਡੂ ਨੇ ਬੰਦ ਕਰਤੀ ਹੈ ਡਾਈਂਗ, ਸਾਡੀ ਚੱਲੂਗੀ। ਅੱਗੇ ਆਉਂਦੇ ਸੀ ਦੁਨੀਆਂ ਦਾ ਕਚਰਾ ਲਿਆਓ ਹਿੰਦੁਸਤਾਨ ਚ ਸਿੱਟ ਦਿਓ, ਹੁਣ ਦੁਨੀਆਂ ਤੇ ਹਿੰਦੁਸਤਾਨ ਦਾ ਕਚਰਾ ਲਿਆਓ ਪੰਜਾਬ ਚ ਸਿੱਟ ਦਿਓ। ਕਿਉਂ? ਕਿਉਂਕਿ ਸਾਡੇ ਜਿਹੜੇ ਲੀਡਰ ਨੇ, ਆਈ ਐਮ ਸੋਰੀ, ਉਹ ਕਚਰੇ ਵਰਗਾ ਕੰਮ ਕਰ ਰਹੇ ਨੇ, ਉਹ ਲੀਡ ਕਚਰੇ ਵਾਂਗੂ ਕਰ ਰਹੇ ਨੇ। ਸੋ ਅਸੀਂ ਉਹ ਨਹੀਂ ਕਰਨ ਦੇਣਾ, ਕਿਉਂਕਿ ਜਦੋਂ ਸਰਕਾਰਾਂ ਮੂਕ ਹੋ ਜਾਣ, ਜਦੋਂ ਐਡਮਿਨਿਸਟ੍ਰੇਟਰ ਪਾਸਾ ਵੱਟ ਲੈਣ ਜਾਂ ਗਲਤ ਕੰਮਾਂ 'ਚ ਪੈ ਲੈਣ, ਉਦੋਂ ਲੋਕ ਉੱਠਦੇ ਨੇ, ਜਨਤਾ ਉੱਠਦੀ ਹੈ, ਅਤੇ ਜਦੋਂ ਜਨਤਾ ਉੱਠਦੀ ਹੈ ਉਦੋਂ ਕੌਮ ਦੀਆਂ, ਦੇਸ਼ਾਂ ਦੀਆਂ, ਪ੍ਰਦੇਸ਼ਾਂ ਦੀਆਂ ਤਕਦੀਰਾਂ ਬਦਲ ਜਾਂਦੀਆਂ ਨੇ। ਉਹ 3 ਤਰੀਕ ਨੂੰ ਅਸੀਂ ਕਰਾਂਗੇ। ਲੱਖੇ ਪਲੀਜ਼ ਤੁਸੀਂ ਵੀ ਕਹਿ ਦਿਓ ਕੁਛ ਚੀਜ਼ਾਂ ਅੱਗੇ ਅੱਗੇ ਕੀ ਹੋਊਗਾ। ਜਿਹੜੇ ਬਾਹਰ ਆਉਣੇ ਉਹਨਾਂ ਨੂੰ ਤੁਸੀਂ ਕਹਿਤਾ ਵੀ ਜਿੱਥੇ ਰੁਕਿਆ ਉੱਥੇ ਰੁਕ ਜਿਓ, ਉੱਥੇ ਉਹ ਹਿੱਲਿਓ ਨਾ, ਤੁਹਾਡਾ ਕੀ ਪਲਾਨ ਹੋਊਗਾ? ਪਤਾ ਕੀ ਹੈ, ਕੁਛ ਚੀਜ਼ਾਂ ਸਰਪ੍ਰਾਈਜ਼ ਹੋਣਗੀਆਂ, ਉਹ ਸਰਪ੍ਰਾਈਜ਼ ਲਈ ਥੋੜਾ ਜਿਹਾ ਰੱਖ ਲਓ, ਇੱਕ ਗੁੰਜਾਇਸ਼ ਰੱਖ ਲਓ। ਹਰ ਚੀਜ਼ ਦੱਸੀ ਵੀ ਨਹੀਂ ਜਾ ਸਕਦੀ। ਜਦੋਂ ਲੋਕ ਆ ਜਾਣਗੇ ਸਾਰੇ, ਉਦੋਂ ਬਾਅਦ ਜਨਤਾ ਦਾ ਫੈਸਲਾ ਹੋਊਗਾ, ਔਰ ਸ਼ਾਂਤੀ ਨਾਲ ਅਸੀਂ ਅਗਲਾ ਕਾਰਿਆ ਕੰਮ ਜੋ ਵੀ ਸੋਚਿਆ ਹੋਇਆ ਉਹ ਕਰ ਦਿਆਂਗੇ। ਲੱਗਦਾ ਨਹੀਂ ਵੀ ਟਕਰਾਅ ਵਾਲੀ ਸਥਿਤੀ ਪੈਦਾ ਹੋ ਜੂਗੀ, ਕਿਉਂਕਿ ਇੰਡਸਟਰੀ ਕਹਿ ਰਹੀ ਹੈ ਵੀ ਸਾਡੇ ਕੋਲ ਲੇਬਰ ਬਹੁਤ ਕੰਮ ਕਰਦੀ ਹੈ, ਵੀ ਜੇਕਰ ਅਜਿਹੇ ਹਾਲਾਤ ਬਣਨਗੇ ਤਾਂ ਸਾਡੀ ਲੇਬਰ ਜਿਹੜੀ ਹੈ ਉਹ ਹਟਾਊਗੀ ਜਾਂ ਰੋਕੂਗੀ, ਸੋ ਕਿਸ ਤਰ੍ਹਾਂ ਉਹ ਜਿਨ੍ਹਾਂ ਨੇ ਦੇਖੋ ਜਿਹੜੇ ਕਤਲਖਾਨਿਆਂ ਨੇ ਪਹਿਲਾਂ ਕਤਲ ਕੀਤੇ ਆ, ਉਹ ਅੱਜ ਵੀ ਇਹੋ ਜਿਹੀ ਭਾਸ਼ਾ ਬੋਲਣਗੇ, ਇਹੋ ਜਿਹੀ ਗੱਲ ਕਰਨਗੇ। ਅਸੀਂ ਤਾਂ ਲੜਦੇ ਆਏ ਹਾਂ, ਸਾਡੀ ਮਰਨ ਦੀ ਗਿਣਤੀ ਤਾਂ ਬਹੁਤ ਜ਼ਿਆਦਾ ਆ। ਜੇ ਹੁਣ ਕਿਸੇ ਵੀ ਤਰੀਕੇ ਦੀ ਉਹ ਇਹ ਭਾਸ਼ਾ ਵਰਤਦੇ ਆ ਜਾਂ ਕੋਈ ਇਹੋ ਜਿਹਾ ਕੰਮ ਕਰਦੇ ਆ, ਇਹ ਤਾਂ ਫਿਰ ਉਹਨਾਂ ਦੇ ਆਪਣੀ ਤਸਵੀਰ ਵਿਖਾਉਣੀ ਆ। ਅਸੀਂ ਤਾਂ ਆਪਣੇ ਲੋਕਾਂ ਨੂੰ ਬਚਾਉਣ ਦੇ ਲਈ ਖੜੇ ਹਾਂ। ਜੇ ਉਹ ਕਹਿੰਦੇ ਆ ਵੀ ਆਪਣੇ ਲੋਕਾਂ ਨੂੰ ਲੈ ਕੇ ਆਉਣਗੇ, ਇਹਦੇ ਲਈ ਕੋਈ ਅਸੀਂ ਸੱਦੇ ਥੋੜ੍ਹੀ ਦੇਣੇ ਆ। ਜਿਹੜੇ ਮੂਹਰੇ ਆਉਗੇ ਅਸੀਂ ਉਹਨਾਂ ਨਾਲ ਗੱਲ ਕਰਾਂਗੇ, ਜਵਾਬ ਦੇ ਦਈਏ। ਇੱਕ ਫਿਰ ਲੱਖੇ ਤੋਂ ਸ਼ੁਰੂ ਕਰੋ ਜੀ। ਇਹ ਸਾਨੂੰ ਪਹਿਲਾਂ ਵੀ ਧਮਕੀ ਦਿੱਤੀ ਗਈ ਸੀਗੀ ਕਿ ਪ੍ਰਵਾਸੀ ਲੇਬਰ ਲਿਆ ਕੇ ਤੁਹਾਡੇ ਸਾਹਮਣੇ ਖੜੀ ਕੀਤੀ ਜਾਊਗੀ 1 ਲੱਖ ਦੇ ਕਰੀਬ। ਉਸ ਬੰਦੇ ਨੇ ਕੀ, ਬੰਦੇ ਦਾ ਨਾਂ ਕੀ ਸੀਗਾ ਜਿਹਦਾ ਅਖਬਾਰ 'ਚ ਵੀ ਉਹਦਾ ਨਾਂ ਵੀ ਆਇਆ, ਇੰਡਸਟਰੀ ਲਿਸਟ ਵੀ ਹੈ ਅਤੇ ਛੋਟਾ ਜਿਹਾ ਰਾਜਨੀਤਿਕ ਵੀ ਆ, ਕਿ 1 ਲੱਖ ਪ੍ਰਵਾਸੀ ਮਜ਼ਦੂਰ ਲਿਆ ਕੇ ਤੁਹਾਡੇ ਸਾਹਮਣੇ ਠੱਲਾਂਗੇ ਜੇ ਤੁਸੀਂ ਬੰਦ ਕਰਨਾ ਹੈ। ਮੈਨੂੰ ਇੱਕ ਦੱਸੋ, ਅਸੀਂ ਆਪਦਾ ਕਾਲਾ ਪਾਣੀ ਜਿਹਦੇ ਨਾਲ ਪੰਜਾਬ ਦੇ ਲੋਕ ਮਰ ਰਹੇ ਨੇ, ਕੀ ਉਹਦੇ 'ਚ ਸਾਨੂੰ ਪ੍ਰਵਾਸੀ ਰੋਕਣਗੇ? ਤਾਂ ਫਿਰ ਪੰਜਾਬ ਵਾਲੇ ਗਏ ਗੁਜ਼ਰੇ ਨੇ ਕੀ? ਪੰਜਾਬ ਵਾਲੇ ਆਪਦੇ ਬੱਚਿਆਂ ਨੂੰ ਬਚਾਉਣ ਲਈ, ਆਪਦੇ ਪਾਣੀ ਨੂੰ ਬਚਾਉਣ ਲਈ ਕੁਛ ਨਹੀਂ ਕਰਨਗੇ? ਉਹ ਅੱਗੇ ਨਹੀਂ ਆਉਣਗੇ? ਜਿਹੜੇ ਪ੍ਰਵਾਸੀ ਇਹਨਾਂ ਦੇ ਕੋਲ ਕੰਮ ਕਰਦੇ ਆ, ਅਸੀਂ ਉਹਨਾਂ ਸਾਰਿਆਂ ਦਾ ਮੈਡੀਕਲ ਕਰਾ ਦਿਆਂਗੇ। ਉਹਨਾਂ ਦੀ ਉਮਰ ਐਵਰੇਜ 10 ਸਾਲ ਤੋਂ ਵੱਧ ਨਹੀਂ ਆ, ਇਹ ਸਾਡਾ ਉਹਨਾਂ ਦੇ ਲਈ ਜਵਾਬ ਆ। ਇੱਕ ਮੇਰੀ ਬੇਨਤੀ ਆ ਕਿ ਸਾਡੇ ਪੰਜਾਬ ਦੇ ਲੋਕਾਂ ਨੂੰ, ਲੱਖਾ ਬਾਈ ਸਾਡੇ ਟੀਮ ਦੇ ਮੈਂਬਰ ਆ, ਉਹ ਅਪੀਲ ਕਰਨਗੇ। ਇਸ ਤੋਂ ਬਾਅਦ ਆਪਾਂ 1-to-1 ਜਿਹੜਾ ਆ ਉਹ ਲੈ ਲੈਂਦੇ। ਤੁਸੀਂ ਸਵਾਲ ਵੀ ਕੋਈ ਪੁੱਛਣਾ ਹੋਇਆ ਤਾਂ ਅੱਗੇ ਕੰਟੀਨਿਊ ਕਰ ਲਿਓ ਜੀ ਪਲੀਜ਼। ਸਭ ਤੋਂ ਪਹਿਲਾਂ ਤੁਹਾਡਾ ਧੰਨਵਾਦ ਆ ਜੀ ਕਿ ਇਸ ਬਹੁਤ ਹੀ ਗੰਭੀਰ ਮੁੱਦੇ ਦੇ ਉੱਤੇ ਅੱਜ ਬਹੁਤ ਵੱਡੀ ਗਿਣਤੀ ਦੇ ਵਿੱਚ ਮੀਡੀਆ ਪਹੁੰਚਿਆ, ਕਿਉਂਕਿ ਇਹੋ ਜਿਹੇ ਮੁੱਦੇ ਇਕੱਲੇ ਸਾਡਾ ਫਰਜ਼ ਨਹੀਂ ਬਣਦਾ, ਤੁਹਾਡਾ ਹੀ ਫਰਜ਼ ਬਣਦਾ ਕਿ ਲੋਕਾਂ ਤੱਕ ਜਾਣ, ਇਹ ਸਰਕਾਰਾਂ ਨੂੰ ਤੁਸੀਂ ਹਿਲਾਉਣਾ ਹੁੰਦਾ। ਤੁਹਾਡਾ ਬਹੁਤ ਬਹੁਤ ਧੰਨਵਾਦ ਆ। ਮੈਂ ਹੁਣੀ ਗੱਡੀ 'ਚ ਆਉਂਦਾ ਅਤੇ ਮੈਨੂੰ ਸੁਖਬੀਰ ਸਿੰਘ ਫੌਜੀ ਦਾ ਫੋਨ ਆਇਆ ਰਾਜਸਥਾਨ ਗੰਗਾਨਗਰ ਤੋਂ। ਉਹ ਕਹਿੰਦਾ ਬਾਈ ਅਸੀਂ ਇੱਕ ਬੱਚੇ ਦੇ ਘਰੇ ਖੜ੍ਹੇ ਹਾਂ ਜਿਹਦਾ ਜਨਮ ਰਾਤ ਹੋਇਆ ਅਤੇ ਉਹਦੇ ਮੂੰਹ ਦੇ ਵਿੱਚ ਕੈਂਸਰ ਆ। ਜੰਮਦੇ ਬੱਚੇ ਦੇ ਗੰਗਾਨਗਰ ਦੇ ਵਿੱਚ, ਰਾਜਸਥਾਨ ਦੇ ਵਿੱਚ ਮੂੰਹ 'ਚ ਕੈਂਸਰ ਆ ਜੀ।
ਤੇ ਇਹ ਹਾਲਾਤ ਕੱਲਾ ਰਾਜਸਥਾਨ ਗੰਗਾਨਗਰ ਬੀਕਾਨੇਰ ਨਹੀਂ, 8 ਜ਼ਿਲ੍ਹੇ ਰਾਜਸਥਾਨ ਦੇ ਅਤੇ ਬਾਕੀ ਸਾਰਾ ਦੱਖਣੀ ਮਾਲਵਾ ਲੈ ਕੇ ਲੁਧਿਆਣੇ ਤੋਂ ਸਾਰੇ, ਮੈਂ ਕਹਿੰਦਾ ਪੂਰਾ ਪੰਜਾਬ ਹੀ ਪੀੜਿਤ ਆ। ਇਹਦਾ ਉਹ ਇਲਾਕਾ ਪੀੜਿਤ ਆ ਜਿਹੜਾ ਸਤਲੁਜ ਦਾ ਪਾਣੀ ਪੀਂਦਾ, ਬਾਕੀ ਨਹਿਰਾਂ ਦਰਿਆਵਾਂ ਆਪਣਾ ਧਰਤੀ ਨਾਲ ਪਾਈ ਜਾਂਦਾ ਬੋਰ ਕਰਕੇ ਪਾਣੀ। ਜਿੰਨੀਆਂ ਫੈਕਟਰੀਆਂ ਹੋਰ ਲੱਗੀਆਂ ਨੇ ਪੰਜਾਬ ਦੇ ਵਿੱਚ, ਬਹੁਤਾ ਥਾਵਾਂ ਦੇ ਉੱਤੇ ਇੱਥੇ ਹੁਣ ਮੋਰਚੇ ਵੀ ਲੱਗੇ ਹੋਏ ਨੇ, ਅਖਾੜੇ ਮੋਰਚਾ ਲੱਗਿਆ ਹੋਇਆ, ਮੁਸ਼ਕਾਬਾਦ ਮੋਰਚਾ ਲੱਗਿਆ ਹੋਇਆ, ਭੂੰਦੜੀ ਮੋਰਚਾ ਲੱਗਿਆ ਹੋਇਆ, ਉਹਨਾਂ ਫੈਕਟਰੀਆਂ ਦੇ ਖਿਲਾਫ਼ ਨਾ, ਨਵੀਆਂ ਫੈਕਟਰੀਆਂ ਹੋਰ ਲਾਈ ਜਾਂਦੇ ਨੇ, ਹਾਂ ਕਾਫ਼ੀ ਥਾਂ ਜਿਹੜਾ ਇਹ ਮੋਰਚਾ ਲੱਗਿਆ ਹੋਇਆ। ਸੋ ਬਾਈ ਤੁਹਾਡੇ ਰਾਹੀਂ ਅਸੀਂ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਭਰਾਵੋ ਇਹਨਾਂ ਦਾ ਪੂਰਾ ਜ਼ੋਰ ਲੱਗਿਆ ਪਿਆ, ਸਰਕਾਰ ਦਾ ਪ੍ਰਸ਼ਾਸਨ ਦਾ ਵੀ, ਇਹਨਾਂ ਨੂੰ ਕਿਵੇਂ ਇਹਨਾਂ ਦੀ ਘੇਰਾਬੰਦੀ ਕੀਤੀ ਜਾਵੇ, ਕਿਵੇਂ ਫੜੇ ਜਾਣ, ਕਿਵੇਂ ਘੇਰੇ ਜਾਣ। ਹੋ ਸਕਦਾ ਇਹ ਉਦੋਂ ਉਹਦੇ ਉਸ ਦਿਨ ਤੱਕ ਸਾਨੂੰ ਘੇਰਨ, ਸਾਨੂੰ ਫੜਨ, ਕੁਛ ਵੀ ਕਰ ਸਕਦੇ ਆ ਇਹ। ਹੁਣ ਇਹ ਗੱਲ ਤੁਹਾਡੇ 'ਤੇ ਖੜੀ ਹੈ, ਜਿਹੜਾ ਤੁਸੀਂ ਅੰਦਰ ਘਰਾਂ 'ਚ ਬੈਠ ਕੇ ਇਹ ਜ਼ਹਿਰਾਂ ਪੀ ਕੇ ਮਰਨਾ ਤਾਂ ਤੁਹਾਡੀ ਮਰਜ਼ੀ ਆ, ਮਰੀ ਜਾਓ। ਅਤੇ ਜੇ ਤੁਸੀਂ ਚਾਹੁੰਦੇ ਹੋ ਕਿ ਜ਼ਹਿਰਾਂ ਤੋਂ ਅਸੀਂ ਮੁਕਤ ਹੋਈਏ, ਅਸੀਂ ਆਪਣੀ ਜ਼ਿੰਦਗੀ ਬਚਾਈਏ, ਆਪਣੇ ਜਵਾਕ ਬਚਾਈਏ, ਆਪਣੀਆਂ ਨਸਲਾਂ ਬਚਾਈਏ, ਤਾਂ ਤੁਸੀਂ ਜ਼ਰੂਰ ਵੱਡੀ ਗਿਣਤੀ ਦੇ 3 ਤਰੀਕ ਨੂੰ ਵੇਰਕਾ ਪਲਾਂਟ ਦੇ ਕੋਲ ਸਮਾਂ 12 ਵਜੇ ਵੇਰਕਾ ਪਲਾਂਟ ਦੇ ਕੋਲ, ਜਿੱਥੇ ਅਸੀਂ ਪਹਿਲਾਂ 24 ਅਗਸਤ ਨੂੰ ਇਕੱਠ ਕੀਤਾ ਸੀ, ਉੱਥੇ ਅਪੀਲ ਕਰਦੇ ਹਾਂ ਕਿ ਵੱਧ ਤੋਂ ਵੱਧ ਕਿਸੇ ਵੀ ਰੂਪ ਦੇ ਵਿੱਚ ਕਿਸੇ ਵੀ ਤਰੀਕੇ ਨਾਲ ਤੁਸੀਂ ਉੱਥੇ ਪਹੁੰਚੋ, ਕਾਫਲੇ ਬੰਨ ਕੇ ਪਹੁੰਚੋ, ਇਕੱਲੇ ਇਕੱਲੇ ਪਹੁੰਚੋ, ਜਿਵੇਂ ਮਰਜ਼ੀ ਨਿਕਲ ਕੇ ਪਹੁੰਚੋ, ਇੱਕ ਵਾਰੀ ਤੁਹਾਡਾ ਉੱਥੇ ਪਹੁੰਚਣਾ ਬੜਾ ਜ਼ਰੂਰੀ ਆ। ਹਾਂ ਫਿਰ ਵੀ ਜੇ ਕਿਤੇ ਤੁਹਾਨੂੰ ਰਾਹ ਦੇ ਵਿੱਚ ਰੋਕ ਲਿਆ ਜਾਂਦਾ, ਕਿਤੇ ਘੇਰਾ ਪਾ ਲਿਆ ਜਾਂਦਾ ਸੜਕਾਂ ਦੇ ਉੱਤੇ ਜਾਂ ਕਿਤੇ ਵੀ, ਤਾਂ ਉੱਥੇ ਬੈਠ ਕੇ ਤੁਸੀਂ ਉਹ ਸੜਕਾਂ ਜਾਮ ਕਰਨੀਆਂ ਨੇ। ਅਤੇ ਪੂਰੇ ਪੰਜਾਬ ਨੂੰ ਅਪੀਲ ਕਰਦੇ ਹਾਂ, ਮਸਲਾ ਸਭ ਤੋਂ ਜ਼ਿਆਦਾ ਗੰਭੀਰ ਆ, ਅਸੀਂ ਆਪਣੀਆਂ ਜ਼ਮੀਨਾਂ, ਆਪਣੀ ਕਿਸਾਨੀ ਬਚਾਉਣ ਲਈ, ਆਪਣੇ ਮਜ਼ਦੂਰ ਬਚਾਉਣ ਲਈ, ਆਪਣਾ ਸਾਰਾ ਪੰਜਾਬ ਬਚਾਉਣ ਲਈ, ਅਸੀਂ ਪੂਰਾ ਪੰਜਾਬ ਨਹੀਂ ਨਾਲ ਹਰਿਆਣਾ ਵੀ ਸਾਡੇ ਦਿੱਲੀ ਆਪਾਂ ਪਹੁੰਚ ਗਏ ਸੀਗੇ, ਬੱਚਾ ਬੱਚਾ ਅਸੀਂ ਆਪਣਾ ਉਸ ਅੰਦੋਲਨ 'ਚ ਢੋਤਾ ਸੀ, ਲਾਤਾ ਸੀ। ਇਹ ਉਦੋਂ ਵੀ ਕਿਤੇ ਗੰਭੀਰ ਮਸਲਾ, ਜੇ ਜ਼ਹਿਰਾਂ ਪੀ ਕੇ ਅਸੀਂ ਮਰ ਗਏ, ਇੰਨਾ ਕੈਮੀਕਲ ਪਾਇਆ ਜਾ ਰਿਹਾ, ਜਿਵੇਂ ਤੁਹਾਨੂੰ ਪਹਿਲਾਂ ਦੱਸ ਦਿੱਤਾ ਹੋਣਾ ਵੀ 9 ਕਰੋੜ ਲੀਟਰ ਤਾਂ ਇੱਕ ਥਾਂ ਉਹਦੀ ਪਾਈ ਜਾਂਦੇ ਆ, ਤੁਸੀਂ ਹਿਸਾਬ ਲਾ ਲਓ ਵੀ 9 ਕਰੋੜ ਲੀਟਰ ਇੱਕ ਦਿਨ ਦੇ ਵਿੱਚ ਇੱਕ ਥਾਂ ਤੋਂ ਪੈਂਦਾ ਹੈ, ਅਤੇ ਪਿਛਲੇ 35-40 ਸਾਲ ਤੋਂ ਇਹ ਡਾਈਂਗਾਂ ਦਾ ਪਾਣੀ ਪੈ ਰਿਹਾ, ਕੈਮੀਕਲ ਸੀਵਰੇਜ ਦਾ ਪਾਣੀ ਪੈ ਰਿਹਾ, ਹੋਰ ਗੰਦਮੰਦ ਪੈ ਰਿਹਾ, ਅਤੇ ਸਾਰੇ ਲੋਕ ਪਿਛਲੇ 35-40 ਸਾਲ ਤੋਂ ਉਹ ਪਾਣੀ ਪੀ ਕੇ ਮਰ ਰਹੇ ਨੇ। ਅਸੀਂ ਪਿੰਡਾਂ 'ਚ ਹਾਲਾਤ ਬਹੁਤ ਜ਼ਿਆਦਾ ਚਿੰਤਾਜਨਕ ਨੇ, 80% ਲੋਕਾਂ ਨੂੰ ਕਾਲਾ ਪੀਲੀਆ ਅਤੇ ਕੈਂਸਰ ਹੋ ਚੁੱਕਿਆ, ਗੁਰਦੇ ਕਿਡਨੀਆਂ ਖਤਮ ਹੋ ਚੁੱਕੀਆਂ ਨੇ ਲੋਕਾਂ ਦੀਆਂ, ਜਵਾਕਾਂ ਦੀਆਂ। ਸੋ ਅਪੀਲ ਆ ਭਰਾਵੋ, ਹੁਣ ਇਹ ਲਹਿਰਾਂ, ਇਹ ਲੜਾਈਆਂ ਵਾਰ ਵਾਰ ਨਹੀਂ ਖੜੀਆਂ ਹੁੰਦੀਆਂ, ਹੁਣ ਵੀ ਜੇ ਆਪਾਂ ਘਰਾਂ 'ਚ ਬੈਠੇ ਰਹੇ ਤਾਂ ਫਿਰ ਮੁੜ ਕੇ ਪਛਤਾਉਣ ਤੋਂ ਇਲਾਵਾ, ਮੁੜ ਕੇ ਮੌਤ ਤੁਹਾਡੇ ਘਰਾਂ 'ਚ ਵੜ ਚੁੱਕੀ ਆ, ਤੁਹਾਡੇ ਦਰਵਾਜ਼ੇ 'ਤੇ ਖੜੀ ਆ ਮੌਤ। ਇਹਨਾਂ ਦੀ ਇੱਕੋ ਵੀ ਆਹੀ, ਸਾਨੂੰ ਕੀ ਲੋੜ ਆ, ਅਸੀਂ ਕੀ ਕਰਨਾ ਉੱਥੇ, ਆਹ ਨਾ ਹੋ ਜੇ, ਉਹ ਨਾ ਹੋ ਜੇ। ਮੈਂ ਗੱਲ ਕਹਿੰਦਾ ਉਹਨਾਂ ਦੀ, ਸਭ ਤੋਂ ਵੱਡਾ ਡਰ ਕਿਹੜੀ ਗੱਲ ਦਾ ਹੁੰਦਾ? ਮੌਤ ਦਾ। ਉਹ ਤੁਹਾਡੇ ਘਰਾਂ 'ਚ ਆ ਗਈ, ਬਹੁਤ ਵੱਡੇ ਇੱਥੇ ਕੀ ਕਰਨਗੇ, ਪਰਚੇ ਪਾਉਣਗੇ ਜਾਂ ਕੀ ਕਰਨਗੇ? ਸਾਡੇ ਮਾਰਨ ਡਾਂਗਾ ਕੋਈ ਗੱਲ ਨਹੀਂ, ਅਸੀਂ ਖਾਣ ਨੂੰ ਤਿਆਰ ਹਾਂ, ਦੇਣ ਪਰਚੇ ਅਸੀਂ ਪਰਚੇ ਪਾਉਣ ਨੂੰ ਤਿਆਰ ਹਾਂ, ਜੇਲ੍ਹਾਂ ਭੇਜਣ ਜਾਣ ਨੂੰ ਤਿਆਰ ਹਾਂ, ਪਰ ਜੇ ਅਸੀਂ ਰਹੀ ਨਾ, ਜ਼ਿੰਦਗੀ ਨਾ ਰਹੀ, ਸਾਡੀਆਂ ਆਉਣ ਵਾਲੀਆਂ ਨਸਲਾਂ ਰਹੀਆਂ, ਤਾਂ ਫਿਰ ਅਸੀਂ ਇੱਦੂ ਰਹੇ, ਸਾਡੇ ਪੱਲੇ ਕੀ ਗਿਆ? ਸੋ ਇਸ ਕਰਕੇ ਬੇਨਤੀ ਆ ਵੀ 3 ਤਰੀਕ ਨੂੰ, 3 ਦਸੰਬਰ ਨੂੰ ਵੇਰਕਾ ਪਲਾਂਟ ਕੋਲ ਵੱਡੀ ਗਿਣਤੀ ਦੇ ਵਿੱਚ ਰਾਜਸਥਾਨ ਤੋਂ, ਪੰਜਾਬ ਤੋਂ ਵੱਧ ਤੋਂ ਵੱਧ ਇੱਥੇ ਸੰਗਤ ਪਹੁੰਚੋ। ਇੱਕ ਗੱਲ ਕਲੀਅਰ ਕਰ ਦਈਏ ਕਿ ਜੇ ਸਾਡੇ 'ਚੋਂ ਕੋਈ ਵੀ ਲੱਖਾ, ਮੈਂ ਜਾਂ ਸਾਰੇ ਵੀ ਅਰੈਸਟ ਹੁੰਦੇ ਆ ਪਹਿਲਾਂ, ਤਾਂ ਇਹ ਪ੍ਰੋਗਰਾਮ ਉਵੇਂ ਹੀ ਰਹੂਗਾ, ਸਭ 3 ਤਰੀਕ ਨੂੰ ਆਉਂਗੇ ਅਤੇ ਜਾ ਕੇ ਉਹ ਸੈਂਟਰ ਬੰਦ ਹੋਣਗੇ। ਇਸ ਲਈ ਕਿਸੇ ਵੀ ਨਿਊਜ਼ 'ਤੇ ਕਿ ਸਾਨੂੰ ਫੜ ਲਿਆ, ਆਹ ਕਰ ਲਿਆ, ਇਸ ਗੱਲ ਨੂੰ ਕੁਛ ਨਾ ਸਮਝੋ ਜੇ ਤੁਸੀਂ ਆਉਣਾ, ਔਰ ਉਹ ਬੰਦ ਹੋਣੇ ਆ।
ਔਰ ਇੱਕ ਹੋਰ ਗੱਲ, ਜੇ ਜਦੋਂ ਤੁਸੀਂ ਰਸਤੇ 'ਚ ਰੁਕੋਗੇ ਤੁਹਾਨੂੰ ਰੋਕਿਆ ਜਾਊਗਾ, ਉਹਦਾ ਵੀਡੀਓ ਬਣਾਇਓ ਜੇ, ਅਸੀਂ ਤੁਹਾਨੂੰ ਨੰਬਰ ਵੀ ਦੱਸ ਦਿਆਂਗੇ, ਜਾਂ ਸਾਨੂੰ ਉਹਨੂੰ ਭੇਜਿਓ ਜੇ, ਜਾਂ ਸਿੱਧਾ ਮੀਡੀਏ ਨੂੰ ਭੇਜਿਓ ਜੇ ਕਿ ਆਹ ਪੰਜਾਬ ਦਾ ਧੱਕਾ ਪੰਜਾਬ ਗੌਰਮੈਂਟ ਕਰ ਰਹੀ ਹੈ, ਨਾ ਕਿ ਉਹਨਾਂ ਸੈਂਟਰਾਂ ਨੂੰ ਬੰਦ ਕਰਨ 'ਤੇ। ਹੁਣ ਤੁਸੀਂ ਕੋਈ ਵੀ ਸਵਾਲ ਪੁੱਛਣਾ, ਗੱਲ ਜਿਹੜੀ ਰਹੇਗੀ ਹੈਰਾਨੀਜਨਕ ਗੱਲ ਇਹ ਆ ਵੀ ਪਿਛਲੇ ਕਈ ਸਾਲ ਤੋਂ 7-8 ਸਾਲ ਤੋਂ ਸਾਡੀ ਸਾਰੀ ਟੀਮ ਰੌਲਾ ਪਾ ਰਹੀ ਹੈ, ਉਦੋਂ ਪਹਿਲਾਂ ਵੀ ਕਾਫੀ ਵਾਰੀ ਇਹ ਰੌਲਾ ਪੈ ਚੁੱਕਿਆ। ਕੋਈ ਪ੍ਰਸ਼ਾਸਨ, ਕੋਈ ਸਰਕਾਰ, ਤੁਸੀਂ ਮੀਡੀਆ ਵਾਲੇ ਹੋ, ਸਵਾਲ ਤਾਂ ਪੁੱਛੋ ਕਦੇ, ਕੋਈ ਜਵਾਬ ਦੇਣ ਨੂੰ ਤਿਆਰ, ਕੋਈ ਗੱਲ ਕਰਨ ਨੂੰ ਤਿਆਰ ਨਹੀਂ। ਅਸੀਂ ਇੱਥੇ ਕਮਿਸ਼ਨਰ ਨੂੰ ਮਿਲੇ ਹਾਂ, ਅਸੀਂ ਇੱਥੇ ਟਿੱਬੇ ਥਾਣੇ ਗਏ ਹਾਂ, ਅਸੀਂ ਦਰਖਾਸਤ ਦੇ ਕੇ ਆਏ ਹਾਂ ਵੀ ਆਹ ਗੈਰ ਕਾਨੂੰਨੀ ਹੈ, NGT ਨੇ ਆਰਡਰ ਕੱਢ ਦਿੱਤਾ ਹੈ, ਪੰਜਾਬ ਪੋਲਿਊਸ਼ਨ ਬੋਰਡ ਦੇ ਆਰਡਰ ਕੱਢਤਾ, ਸੈਂਟਰ ਬੋਰਡ ਨੇ ਆਰਡਰ ਕੱਢਤਾ 12 ਅਗਸਤ ਦਾ ਕੱਢਿਆ ਹੋਇਆ, ਵੀ ਤੁਸੀਂ ਇਹਨੂੰ ਬੰਦ ਕਿਉਂ ਨਹੀਂ ਕਰ ਰਹੇ? ਜੇ NGT ਨੇ ਕਹਿਤਾ ਵੀ ਗੈਰ ਕਾਨੂੰਨੀ ਹੈ, ਜ਼ਹਿਰਾਂ ਤੁਸੀਂ ਪਾ ਨਹੀਂ ਸਕਦੇ ਪਾਣੀ ਦੇ ਵਿੱਚ, ਜੇ ਸੈਂਟਰ ਬੋਰਡ ਨੇ ਕਹਿਤਾ, ਪੰਜਾਬ ਪ੍ਰਦੂਸ਼ਣ ਬੋਰਡ ਨੇ ਕਹਿਤਾ ਵੀ ਤੁਸੀਂ ਪਾ ਨਹੀਂ ਸਕਦੇ, ਤਾਂ ਹੋਰ ਪਾ ਕੌਣ ਰਿਹਾ? ਪੰਜਾਬ ਦਾ ਮੁੱਖ ਮੰਤਰੀ ਇਹ ਕਹਿ ਰਿਹਾ, ਪੰਜਾਬ ਦਾ ਮੁੱਖ ਮੰਤਰੀ ਇਹ ਕਹਿ ਰਿਹਾ ਕਿ ਅਸੀਂ ਜੀ ਇਹ ਤਾਂ ਆਪਣਾ ਸਾਡੇ ਪਾਣੀਆਂ ਜ਼ਹਿਰਾਂ ਪਾਤੀਆਂ ਜੀ। ਆ ਹੁਣ ਕਹਿ ਰਿਹਾ ਪੰਜਾਬ ਦਾ ਮੁੱਖ ਮੰਤਰੀ ਇਹਨਾਂ ਵੋਟਾਂ ਦੇ ਵਿੱਚ ਕਿ ਸਾਡੇ ਪਾਣੀਆਂ ਜ਼ਹਿਰਾਂ ਪਾਤੀਆਂ ਜੀ, ਸਾਡੇ ਦਰਿਆ ਪਲੀਤ ਕਰਤੇ, ਜ਼ਹਿਰੀਲੇ ਕਰਤੇ ਜੀ, ਸਾਡੇ ਜੀ ਧਰਤੀ ਹੇਠਾਂ ਜ਼ਹਿਰਾਂ ਪਾਤੀਆਂ। ਉਹ ਭਾਈ ਸਾਹਿਬ ਤੂੰ ਮੁੱਖ ਮੰਤਰੀ ਹੈ, NGT ਨੇ ਆਰਡਰ ਕਰਤਾ, ਤੇਰੇ ਬੋਰਡ ਨੇ ਆਰਡਰ ਕਰਤਾ, ਸੈਂਟਰ ਬੋਰਡ ਨੇ, ਜਿਹੜਾ ਬੰਦ ਕਿਹਨੇ ਕਰਨਾ? ਹੈਰਾਨੀ ਦੀ ਗੱਲ ਆ ਵੀ ਅੱਜ ਵੀ ਉਹ ਗੱਲ ਐਂ ਕਰ ਰਹੇ ਵਿਰੋਧੀ ਦਲ ਦੇ ਵਿੱਚ ਕੋਈ MLA ਬਣਿਆ ਬੈਠਾ ਹੁੰਦਾ। ਸੋ ਭਰਾਵੋ, ਹੁਣ ਇਹ ਸਰਕਾਰਾਂ ਸਾਰੀਆਂ ਹੀ ਇਹਦੀਆਂ ਜ਼ਿੰਮੇਵਾਰ ਆ, ਪਹਿਲਾਂ ਵਾਲੀਆਂ ਵੀ, ਹੁਣ ਵਾਲੀਆਂ ਵੀ। ਸੋ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਵੱਧ ਤੋਂ ਵੱਧ ਵੱਡੀ ਗਿਣਤੀ ਦੇ ਵਿੱਚ ਤੁਸੀਂ ਆ ਕੇ ਇਹ ਸਾਡਾ ਸਾਥ ਦਿਓ, ਅਤੇ ਅਸੀਂ ਤੁਹਾਡੇ ਨਾਲ ਹੈ, ਤੁਹਾਡੇ ਅੱਗੇ ਲੱਗੇ ਹੋਏ ਹਾਂ। ਆ ਜਾਓ 3 ਦਿਨ ਨੂੰ, ਹੁਣ ਹਰ ਹਾਲ ਦੇ ਵਿੱਚ ਜ਼ਹਿਰਾਂ ਇੱਕ ਬੂੰਦ ਨਾ ਕਿਸੇ ਦਰਿਆ 'ਚ ਪੈਣ ਦੇਣੀ ਹੈ, ਅਤੇ ਨਾ ਕਿਸੇ ਧਰਤੀ ਹੇਠਾਂ ਪੈਣ ਦੇਣੀ। ਹਾਂਜੀ, ਇਹਨਾਂ ਦਾ ਸਵਾਲ ਦੁਬਾਰਾ ਲੈ ਲਓ। ਡਾਕੂਮੈਂਟਸ ਵਿਖਾ ਦੇਣ ਉਹਦੇ ਵਿੱਚ ਕਿ ਇਹਨਾਂ ਨੇ ਇਹ ਲਿਖ ਕੇ ਨਹੀਂ ਦਿੱਤਾ ਸੀ, ਇਹਦੇ ਤੇ ਸਹਿਮਤੀ ਨਹੀਂ ਕੀਤੀ ਸੀ ਕਿ ਕੋਈ ਵੀ ਟ੍ਰੀਟਡ ਪਾਣੀ ਵੀ ਅਸੀਂ ਦਰਿਆ ਦੇ ਵਿੱਚ ਨਹੀਂ ਪਾਵਾਂਗੇ। ਜ਼ਰਾ ਇਹ ਪੁੱਛ ਲਿਓ ਜੇ ਉਹਨਾਂ ਤੋਂ, ਸਾਡੇ ਵੱਲੋਂ ਤੁਸੀਂ ਕਰਨੀ ਆ ਨਾ ਉਹਨਾਂ ਨੇ ਪ੍ਰੈਸ ਕਾਨਫਰੰਸ, ਜ਼ਰਾ ਪੁੱਛਿਓ ਜੇ, ਅਤੇ ਜੇ ਕਹਿਣਗੇ ਕਿ ਨਹੀਂ ਸੀਗਾ ਇਹ, ਫਿਰ ਮਾੜਾ ਜਿਹਾ ਕੋਰਟ ਦਾ ਵੇਖ ਲਾਂਗੇ ਰਸਤਾ। ਔਰ ਸੈਕਿੰਡ ਅਹਿਮ ਗੱਲ, ਜੋ ਦੁਨੀਆ ਦੀਆਂ ਸਟੱਡੀਜ਼ ਨੇ, ਕਿਤੇ ਵੀ ਡਾਈਨ ਦਾ ਜੋ ਪਾਣੀ ਹੁੰਦਾ ਟ੍ਰੀਟ ਕਰਕੇ ਵੀ ਉਹ 'ਚੋਂ ਕੈਮੀਕਲ ਲੈਸ ਨਹੀਂ ਹੁੰਦਾ। ਔਰ ਮੈਂ ਨਾ, ਛੱਡੋ ਯਾਰ ਇਸ ਗੱਲ ਨੂੰ ਵੀ, ਉਹ ਜਿਹੜਾ ਸ਼ਾਹ ਕਾਲਾ ਹੋਇਆ ਪਿਆ ਦਰਿਆ, ਜਿਹੜਾ ਬੁੱਢਾ ਦਰਿਆ ਸੀ, ਪਹਿਲੀ ਪਾਤਸ਼ਾਹੀ ਨੇ ਨਾਂ ਰੱਖਿਆ ਸੀ, ਹੁਣ ਬੁੱਢਾ ਨਾਲਾ ਬਣਾਤਾ, ਉਹ ਸ਼ਾਹ ਕਾਲਾ ਰੱਬ ਨੇ ਕਰਤਾ? ਉਹ ਜਿਹੜੀਆਂ ਉਹਦੇ ਜੋ ਭਾਫਾਂ ਆਉਂਦੀਆਂ ਨੇ, ਉਹ ਦੂਸਰੀ ਇੰਡਸਟਰੀ ਵਾਲਿਆਂ ਦੇ, ਡਾਇੰਗ ਵਾਲਿਆਂ ਦਾ ਕੰਮ ਹੈ, ਡਾਇੰਗ ਵਾਲਿਆਂ ਦੇ ਉਹਨਾਂ ਦਾ ਕੰਮ ਹੈ, ਮਤਲਬ ਇਹ ਤਾਂ ਮੰਨ ਗਏ ਨਾ ਕਿ ਗਲਤ ਹੈ, ਤੇ ਗਲਤ ਨੂੰ ਬੰਦ ਕਰੋ। ਅਸੀਂ ਇੱਕੋ ਬੇਨਤੀ ਕਰਦੇ ਹਾਂ, ਸੋਡੇ ਰਾਹੀਂ ਉਹਨਾਂ ਨੂੰ ਕਹਿਣਾ ਚਾਹੁੰਦੇ ਹਾਂ। ਉਹ ਕਹਿੰਦੇ ਆ ਵੀ ਇਹ ਪਾਣੀ ਸਹੀ ਹੈ, ਇਹੀ ਕਹਿੰਦੇ ਆ ਨਾ, ਸਾਨੂੰ ਬਦਨਾਮ ਕਰਦੇ ਆ, ਸਾਡਾ ਇਹ
ਕੰਮ ਬੰਦ ਕਰਾਉਂਦੇ ਆ, ਇੰਡਸਟਰੀਆਂ ਬੰਦ ਕਰਦੇ ਆ। ਉਹਨਾਂ ਨੂੰ ਇੰਨੀ ਗੱਲ ਵੀ ਜਿਹੜੇ ਲੋਕ 40 ਸਾਲ ਤੋਂ ਜ਼ਹਿਰ ਪੀ ਰਹੇ ਨੇ ਤੁਸੀਂ ਉਹਦੀ ਇੱਕ ਘੁੱਟ ਭਰ ਸਕਦੇ ਹੋ? ਉਹ ਦਰਿਆ ਦੇ ਵਿੱਚੋਂ, ਨਾਲੇ ਇੱਥੋਂ ਨਹੀਂ ਬੁੱਢੇ ਦਰਿਆ 'ਚੋਂ ਨਹੀਂ ਗੱਲ ਕਰਦੇ, ਸਤਲੁਜ 'ਚੋਂ ਗੱਲ ਕਰਦੇ ਹਾਂ, ਜਾਂ ਆਪਾਂ ਹਰੀ ਕੇ ਪੱਤਣ ਲੈ ਜਾਂ ਗਾਹਾਂ ਨਹਿਰਾਂ ਨਿਕਲਦੀਆਂ ਨੇ, ਉੱਥੋਂ ਗੱਲ ਕਰਦੇ ਹਾਂ। ਜਿਹੜਾ ਪਾਣੀ 40 ਸਾਲ ਤੋਂ ਲੋਕਾਂ ਦੇ ਘਰਾਂ 'ਚ ਜਾਂਦਾ ਹੈ, ਜਿਹੜਾ ਪਾਣੀ ਫਸਲਾਂ ਨੂੰ ਲੱਗਦਾ ਹੈ, ਉਹੀ ਫਸਲਾਂ ਉਹੀ ਅਨਾਜ ਲੋਕ ਖਾਂਦੇ ਨੇ, ਕੀ ਉਹ ਇੱਕ ਬੂੰਦ ਦੀ, ਮੈਂ ਘੁੱਟ ਕਹਿਗਾ, ਮੈਂ ਕਹਿੰਦਾ ਬੂੰਦ ਪਾਣੀ, ਕੀ ਉਹ ਇੱਕ ਬੂੰਦ ਪਾਣੀ ਪੀ ਸਕਦੇ ਆ? ਅਸੀਂ ਮੰਨ ਜਾਵਾਂਗੇ ਕਿ ਹਾਂ, ਵੀ ਤੁਸੀਂ ਇਹ ਮੰਨ ਜਾਵਾਂਗੇ ਵੀ ਹਾਂ ਇਹ ਠੀਕ ਹੈ, ਵੀ ਇਹ ਜਿਹੜਾ ਪਾਣੀ ਆ ਇਹ ਸਹੀ ਆ, ਅਤੇ ਤੁਸੀਂ ਸਹੀ ਹੁੰਦੇ ਸੀ ਗੱਲ, ਇਹ ਜ਼ਰੂਰ ਸਵਾਲ ਕਰਿਓ। ਅਤੇ ਉਹਨਾਂ ਨੂੰ ਲੈ ਕੇ ਆਇਓ ਉੱਥੋਂ ਤਾਜਪੁਰ ਰੋਡ ਦੇ ਉੱਤੇ, ਜਿੱਥੇ ਗੋਗਲ ਪੁਆਇੰਟ ਵਾਲਾ, ਜਿੱਥੋਂ ਆ 9 ਕਰੋੜ ਦੀ ਤੁਹਾਡਾ ਜ਼ਹਿਰ ਡਿੱਗ ਰਿਹਾ, ਉੱਥੇ ਖੜਾਓ ਯਾਰ। ਮੈਂ ਕਹਿੰਦਾ ਪੀਣਾ ਦੂਰ ਦੀ ਗੱਲ ਆ, 10 ਮਿੰਟ ਤੁਸੀਂ ਆਪ ਖੜ ਕੇ ਤਾਂ ਦੇਖ ਕੇ ਆਓ, ਤੁਸੀਂ ਕਵਰ ਤਾਂ ਕਰੋ ਉਹਨੂੰ ਜਾ ਕੇ, ਸਟੋਰੀ ਤਾਂ ਕਰੋ ਉੱਥੇ ਜਾ ਕੇ ਖੜ ਕੇ, ਤੁਹਾਨੂੰ ਖੜਨਾ ਔਖਾ ਹੋ ਜੂਗਾ। ਨਾਲੇ ਇੱਕ ਬੇਨਤੀ ਕਰਦੇ ਆ ਵੀਰ, ਮੇਰੇ ਉਹ ਮਸਲਾ ਪਾਣੀ ਦਾ, ਨਾ ਇਹ ਪਿੰਡਾਂ ਵਾਲਿਆਂ ਦਾ, ਨਾ ਸ਼ਹਿਰਾਂ ਦਾ, ਨਾ ਹਿੰਦੂ ਦਾ, ਨਾ ਸਿੱਖ ਦਾ, ਨਾ ਮੁਸਲਮਾਨ ਦਾ, ਨਾ ਗਰੀਬ ਦਾ, ਨਾ ਅਮੀਰ ਦਾ, ਪਾਣੀ ਦੀ ਹਰ ਇੱਕ ਨੂੰ ਲੋੜ ਆ, ਪਾਣੀ ਆ ਜੀਵਨ ਹੈ, ਪਾਣੀ ਦੇ ਮਸਲੇ ਦੇ ਅਸੀਂ ਇਕੱਠੇ ਹੋ ਜਾਈਏ, ਪਾਣੀ ਬਹੁਤ ਗੰਭੀਰ ਸਾਡਾ ਮਸਲਾ ਬਣਦਾ ਜਾ ਰਿਹਾ। ਇਹਦੇ 'ਚ ਜਿਹੜੀ ਕੱਲ੍ਹ ਦੀ ਗੱਲ ਆ ਰਹੀ, ਕੱਲ੍ਹ ਇੱਕ NGT ਦੇ ਵਿੱਚ ਹੀਅਰਿੰਗ ਹੋਈ ਸੀ, ਉਹਦੇ ਵਿੱਚ ਸਕੈਟਰਡ ਇੰਡਸਟਰੀ ਨੂੰ ਇਹਨਾਂ ਨੇ ਕਿਹਾ ਕਿ ਜੀ ਜਿਹੜਾ ਪਾਣੀ ਜਿਹੜਾ ਟ੍ਰੀਟ ਕਰਕੇ ਤੁਹਾਡਾ ਜੇ ਸਹੀ ਹੈਗਾ, ਉਹਨੂੰ ਇਹ ਰੀਸਾਈਕਲ ਕਰਕੇ ਯੂਜ਼ ਕਰਨਗੇ। ਅਤੇ ਇਹ ਜਿਹੜੇ ਸਾਡੇ ਜਿਹੜੇ 9 ਕਰੋੜ ਲੀਟਰ ਦਾ ਜਿਹੜਾ ਜ਼ਹਿਰ ਸੁੱਟ ਰਿਹਾ, ਜੇ ਉਹ ਕਹਿੰਦੇ ਸਾਡਾ ਸਾਫ਼ ਪਾਣੀ ਹੈ, ਉਹਨੂੰ ਰੀਸਾਈਕਲ ਕਰਕੇ ਉਹਨੂੰ ਵਾਪਸ ਕਿਉਂ ਨਹੀਂ ਯੂਜ਼ ਕਰ ਰਹੇ? ਦੂਜਿਆਂ 'ਤੇ ਗੱਲਾਂ ਪਾਣੀਆਂ ਸੌਖੀਆਂ, ਲੇਕਿਨ ਜਿਹੜੀ ਚੀਜ਼ ਇਹਨਾਂ ਦੀ ਕੰਡੀਸ਼ਨ ਹੈਗੀਆਂ ਉਹਨਾਂ 'ਤੇ ਗੱਲ ਨਹੀਂ ਆਉਂਦੀ, ਅਤੇ ਆਪ ਯੂਜ਼ ਕਰ ਲੈਣ, ਕਿਉਂ ਸਾਡੇ ਬੁੱਢੇ ਦਰਿਆ ਨੂੰ ਬੁੱਢਾ ਨਾਲਾ ਬਣਾਇਆ ਹੋਇਆ? ਬਾਕੀ ਦੀ ਗੱਲ ਤਾਂ ਪ੍ਰੈਸ ਕਾਨਫਰੰਸ 'ਚ ਇਹੀ ਗੱਲ ਹੈ ਕਰਾਂਗੇ ਵੀ ਸਾਡਾ ਪਾਣੀ ਸਾਫ਼ ਹੈ, ਜੇ ਸਾਫ਼ ਹੈ ਤਾਂ ਜਿੱਦਾਂ ਬਾਕੀਆਂ ਦੀ ਗੱਲ ਇਹਨਾਂ ਨੇ ਕੱਲ੍ਹ ਦਾ ਰੌਲਾ ਪਾਇਆ, ਆਪਣੇ 'ਤੇ ਵੀ ਇਹਨਾਂ 'ਤੇ ਢੁੱਕਦੀ ਗੱਲ ਹੋਈ ਹੈ। ਪ੍ਰਧਾਨ ਸਾਹਿਬ, ਮੁੰਡੇ ਨਾਲ ਇੱਕ ਸ਼ਿਵਪੁਰੀ ਜਗ੍ਹਾ ਹੈ ਤੁਹਾਡੇ ਇੱਥੇ, ਟੂਟੀਆਂ ਵਾਲਾ ਮੰਦਰ ਹੈ, ਉਹਦੇ ਨਾਲ ਦਾ ਇੱਕ ਵੀਡੀਓ ਹੈ, ਕਾਲਾ ਪਾਣੀ, ਕਾਲਾ ਨਹੀਂ, ਹੋਰ ਹੀ ਰੰਗਦਾਰ ਜਿਹਾ ਪਾਣੀ ਆ ਰਿਹਾ, ਜਾਮਣੀ ਜਿਹਾ ਪਾਣੀ, ਜਾਮਣੀ ਜਿਹਾ ਪਾਣੀ ਆ ਰਿਹਾ। ਕੀ ਇੱਥੇ ਗੁਰਦੁਆਰਾ ਸਾਹਿਬ ਜਾਂ ਬਾਕੀ ਕਿਤੇ ਆਪਣੇ ਗੁਰੂ ਘਰਾਂ 'ਚ ਵੀ ਐਂ ਹੈਗਾ ਨੇੜੇ ਤੇੜੇ? ਨਹੀਂ, ਇੱਦਾਂ ਦਾ ਇੱਥੇ ਜੇ ਤੁਸੀਂ ਇਹ ਪਾਣੀ ਇੱਥੋਂ ਵਰਤਦੇ ਹੋ ਥੱਲੋਂ ਧਰਤੀ, ਇਹ ਸਾਡਾ ਧਰਤੀ ਦਾ ਧਰਤੀ ਮੋਟ ਪੱਟਾ ਲਾਇਆ ਹੋਇਆ, ਸਮਰਸੀ ਵਾਲਾ ਲਾਇਆ ਹੋਇਆ। ਦੱਸੋ ਹੁਣ ਇਹ ਜਿਹੜਾ ਰਾਜ ਸਭਾ 'ਚ ਇੱਕ ਰਿਪੋਰਟ ਪੇਸ਼ ਹੋਈ ਹੈ ਪਿਛਲੇ ਸੈਸ਼ਨ 'ਚ, ਇਹ 'ਚ ਨਹੀਂ ਪਿਛਲੇ 'ਚ, ਕਿ ਪੰਜਾਬ ਦੇ ਕਿਸੇ ਡਿਸਟ੍ਰਿਕਟ ਦਾ ਪਾਣੀ ਨਾ ਪੀਣ ਯੋਗ ਹੈ, ਨਾ ਨਹਾਉਣ ਯੋਗ ਹੈ, ਔਰ ਲੁਧਿਆਣੇ ਦਾ ਸਪੈਸ਼ਲੀ, ਇਹਦੇ ਆਸੇ ਪਾਸੇ ਦਾ, ਬੁੱਢੇ ਨਾਲੇ ਦਾ, ਉਹ ਤਾਂ ਮਤਲਬ ਤੁਸੀਂ ਸੋਚ ਹੀ ਨਹੀਂ, ਖੜ ਨਹੀਂ ਸਕਦੇ ਕੋਲੇ, ਤੁਸੀਂ ਤਾਂ ਇੱਥੇ ਹੀ ਰਹਿੰਦੇ ਹੋ, ਜਮਾਲਪੁਰ ਗਏ ਹੀ ਹੋ, ਅੱਜ ਤਾਂ ਤਾਜਪੁਰ ਵਾਲੀ ਜਗ੍ਹਾ ਚਲੇ ਜਾਓ, ਜੇ ਖੜਦੇ ਹੋ ਤੁਸੀਂ ਮੂੰਹ ਖੋਲ੍ਹ ਕੇ ਜਾਂ ਨੱਕ ਬੰਨੇ ਤੋਂ ਬਿਨਾਂ, ਤੁਹਾਡਾ ਹਾਲ ਵੇਖੋ ਜੇ ਕਿੱਦਾਂ ਨੂੰ ਵਿਚਾਰੇ ਬੰਦੇ ਬੁੱਢੇ ਰਹਿੰਦੇ। ਰਾਤ ਨੂੰ ਦਿਨ ਨਾਲੋਂ ਵੀ ਮਾੜੇ ਹਾਲਾਤ ਨੇ ਜੀ, ਜਿਹੜਾ ਆਸੇ ਪਾਸੇ ਦੇ ਲੋਕ ਨੇ ਉਹ ਸਾਰੇ ਭੁੱਦ ਰਹੇ ਨੇ, ਅਤੇ ਰਾਤ ਨੂੰ ਡਾਂਗਾਂ ਪੂਰੀ ਗਤੀ ਨਾਲ ਚੱਲਦੀਆਂ ਨੇ, ਦਿਨ ਵੇਲੇ ਅਜੇ ਪਾਣੀ ਦਾ ਮੁਹਾਲ ਕਰ ਦਿੰਦਾ, ਔਰ ਠੀਕ ਕਰਨ ਦਾ ਡਰਾਮਾ ਕੀਤਾ ਜਾਂਦਾ, ਰਾਤ ਨੂੰ ਬਿਨਾਂ ਠੀਕ ਤਰੀਕੇ ਤੋਂ ਪਾਣੀ ਸੁੱਟਿਆ ਜਾਂਦਾ। ਮੈਂ ਦੱਸਾਂ ਇਹ ਗੱਲ ਇਸ ਲਈ ਨਹੀਂ ਕਰਦੇ, ਕੋਈ ਜਵਾਬ ਹੀ ਨਹੀਂ ਇਹਨਾਂ ਕੋਲੇ, ਇੱਕ ਤਾਂ ਹੁੰਦਾ ਨਾ ਲੈ ਵੀ ਯਾਰ ਇੰਨੀ ਕੁ ਗੱਲ ਸਹੀ ਹੈ, ਇੰਨੀ ਕੁ ਗਲਤ ਹੈ, ਇੱਥੇ ਤਾਂ ਸਾਰੀ ਗਲਤ ਨੇ, ਇੰਨੀ ਵੀ ਗੱਲ ਸਹੀ ਹੋਵੇ ਔਰ ਤੁਸੀਂ ਛੱਡੋ ਯਾਰ, ਸਾਡਾ ਆਹ ਕੰਸਟੀਟਿਊਸ਼ਨ ਬਾਡੀ ਕਹਿ ਰਹੀਆਂ ਨੇ ਬੰਦ, ਉਹਨਾਂ ਦੀ ਵੀ ਨਹੀਂ ਮੰਨ ਰਹੇ ਗੱਲ, ਨੈਸ਼ਨਲ ਗ੍ਰੀਨ ਟ੍ਰਿਬਿਊਨਲ ਕਹਿ ਰਿਹਾ, ਨੈਸ਼ਨਲ ਪੋਲਿਊਸ਼ਨ ਬੋਰਡ ਕਹਿ ਰਿਹਾ, ਪੰਜਾਬ ਪੋਲਿਊਸ਼ਨ ਬੋਰਡ ਕਹਿ ਰਿਹਾ, ਫਿਰ ਕਿਉਂ ਨਹੀਂ ਕਰਦੇ ਗੇ? ਸਾਡੀ ਨਾ ਮੰਨੋ ਔਰ ਅਸੀਂ ਹੋਰ ਆਣੇ ਹਾਂ, ਸਾਡੀ ਛੱਡੋ, ਜੋ ਮੁੱਖ ਮੰਤਰੀ ਸਾਹਿਬ ਪਹਿਲਾਂ ਕਹਿੰਦੇ ਰਹੇ ਨੇ ਉਹੀ ਕਰ ਲਓ,
ਜੋ ਸਪੀਕਰ ਸਾਹਿਬ ਕਹਿੰਦੇ ਰਹੇ ਨੇ ਉਹੀ ਕਰ ਲਓ, ਕਿਸੇ ਗੱਲ ਤੇ ਤਾਂ ਆਓ। ਜੇ ਤੁਹਾਡੇ ਕੋਲ ਜਵਾਬ ਹੈ ਨਹੀਂ ਤਾਂ ਐਟਲੀਸਟ ਉਹ ਕੰਮ ਕਰ ਦਿਓ, ਤੇ ਜੇ ਉਹ ਵੀ ਨਹੀਂ ਕਰਨਾ ਤਾਂ ਮੈਨੂੰ ਦੱਸੋ ਫਿਰ ਲੋਕ ਕੀ ਕਰਨ ਇਸ ਸੂਬੇ ਦੇ ਤੇ ਰਾਜਸਥਾਨ ਵਾਲੇ, ਉਹ ਬੰਦ ਨਾ ਕਰਨ। ਤੇ ਜੇ ਫਿਰ ਨਹੀਂ ਉੱਠੂਗੇ, ਮੈਂ ਤੁਹਾਨੂੰ ਇੱਕ ਗੱਲ ਕਹਿੰਦਾ, ਇਹ ਬਹੁਤ ਵੱਡੇ ਲੋਕਾਂ ਦੀਆਂ ਗੱਲਾਂ ਕਹੀਆਂ ਹੋਈਆਂ ਕਿ ਬੁਰਾਈ ਦੇ ਖਿਲਾਫ ਲੜੋ, ਲੜ ਨਹੀਂ ਸਕਦੇ ਤਾਂ ਕਹੋ, ਕਹਿ ਨਹੀਂ ਸਕਦੇ ਤਾਂ ਸੋਚੋ। ਜਿਹਨੇ ਸੋਚਣਾ, ਜਿਹਨੇ ਬੋਲਣਾ ਤੇ ਜਿਹਨੇ ਕਰਨਾ, ਇਹ ਡਿਸਾਈਡ ਕਰ ਲਓ। ਇਹ ਆਪਾਂ ਕਰਨ ਜਾ ਰਹੇ ਹਾਂ 3 ਤਰੀਕ, ਠੀਕ ਹੈ। ਮਾਤਾ ਤਪ ਮਾਤ ਦੇ ਸੰਬੰਧ ਦੇ ਵਿੱਚ ਅੱਜ ਲੱਖਾ ਸ਼ਧਾਣਾ ਜੀ, ਬਾਈ ਜੀ, ਹੋਰ ਸਾਰੇ ਇਸ ਮਸਲੇ ਦੇ ਉੱਤੇ ਆਇਆ, ਇਹਨਾਂ ਦਾ ਬਹੁਤ ਬਹੁਤ ਗੁਰਦੁਆਰਾ ਸਾਹਿਬ ਵੱਲੋਂ ਧੰਨਵਾਦ। ਪਹਿਲਾਂ ਤਾਂ ਸਾਡਾ ਵੀ ਮਕਸਦ ਇਹੀ ਆ, ਜਿੰਨੇ ਵੀ ਪ੍ਰੋਗਰਾਮ ਹੁੰਦੇ ਤੁਸੀਂ ਭਾਈਚਾਰਾ ਜਦੋਂ ਆਉਣੇ, ਪ੍ਰੈਸ ਭਾਈਚਾਰਾ ਆਉਣਾ, ਮੈਂ ਤਾਂ ਇਹੀ ਗੱਲ ਕਰਦਾ, ਜੇ ਅੱਜ ਆਪਾਂ ਡੈਂਗਾਂ ਦੀ ਕਰੀਏ, ਜਾਇੰਟ ਹਿਸਟਰੀ ਕਰੀਏ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ 1515 ਈਸਵੀ ਨੂੰ ਇੱਥੇ ਚਰਨ ਪਾਏ ਆ। ਰਾਜਾ ਨਵਾਬ ਲੋਧੀ ਖਾਨ ਸੀ ਇੱਥੋਂ ਦਾ ਰਾਜਾ ਸੀਗਾ। ਜਦੋਂ ਹੁਣ ਪਤਾ ਲੱਗਿਆ ਵੀ ਇੱਥੇ ਕੋਈ ਸੰਤ ਮਹਾਂਪੁਰਸ਼ ਆਏ ਆ, ਉਹ ਆਪਣੇ ਰਾਣੀਆਂ ਔਰ ਪ੍ਰਜਾ ਵਜ਼ੀਰਾਂ ਦੇ ਨਾਲ ਇੱਥੇ ਦਰਸ਼ਨ ਕਰਨ ਆਇਆ, ਔਰ ਬੇਨਤੀ ਕੀਤੀ ਮਹਾਰਾਜ ਜੀ ਵੀ ਮੈਂ ਨਗਰ ਨੂੰ ਅੱਗੇ ਵਸਾਉਣਾ ਚਾਹੁੰਦਾ, ਪਰ ਨਗਰ ਸਤਲੁਜ ਜਦੋਂ ਮੈਂ ਵਸਾਉਣਾ ਅੱਗੇ ਤਾਂ ਸਤਲੁਜ ਦਾ ਬਹਾਰ ਲੈ ਜਾਂਦਾ ਵਾ, ਪਰ ਗੁਰੂ ਨਾਨਕ ਦੇਵ ਜੀ ਨੇ ਬਖਸ਼ਿਸ਼ ਕੀਤੀ, ਭਾਈ ਪਰਜਾ ਦੇ ਉੱਤੇ ਜ਼ੁਲਮ ਨਾ ਕਰ, ਤੇਰਾ ਸ਼ਹਿਰ ਬਹੁਤ ਵੱਡਾ ਵਸੇਗਾ ਔਰ ਵਰਲਡ ਦੇ ਵਿੱਚ ਨਾਂ ਹੋਏਗਾ। ਔਰ ਸ਼ਹਿਰ ਨੂੰ ਅੱਜ ਜੇ ਆਪਾਂ ਕਹੀਏ ਲੁਧਿਆਣਾ ਸ਼ਹਿਰ, ਜੇ ਇਕੱਲਾ ਸ਼ਹਿਰ ਦਾ ਨਾਂ, ਆਪਦੀ ਰੋਡ ਨਹੀਂ, ਪੰਜਾਬ ਅੱਜ ਜੇ ਇੰਡਸਟਰੀ ਹੈਗੀ ਆ, ਜਾਂ ਜਿਹੜੇ ਡੈਂਗਾਂ ਨੇ ਅੱਜ ਟੱਬਦੇ ਪਏ ਆ ਜਾਂ ਹੋਰ ਕਰਦੇ ਪਏ, ਅੱਜ ਸਾਨੂੰ ਜ਼ਹਿਰ ਪਾ ਰਹੇ ਆ, ਜੇ ਅੱਜ ਇੰਡਸਟਰੀ ਬਸੀ ਆ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਦੀ ਕਿਰਪਾ ਦਾ ਵਸਕਾ ਬਸੀ ਆ, ਇਹ ਲੋਹਾ ਇੰਡਸਟਰੀ, ਹੌਜਰੀ ਇੰਡਸਟਰੀ, ਜੋ ਵੀ ਇੱਥੇ ਲੁਧਿਆਣਾ ਸ਼ਹਿਰ 'ਚ ਆ, ਮੇਰੇ ਖਿਆਲ 'ਚ ਵਰਲਡ ਦੇ ਨੰਬਰ 1 'ਤੇ ਲੁਧਿਆਣਾ ਸ਼ਹਿਰ ਹੈਗਾ। ਔਰ ਮੈਂ ਸਾਰੀਆਂ ਜਥੇਬੰਦੀਆਂ ਨੂੰ ਔਰ ਇੰਡਸਟਰੀਆਂ ਨੂੰ ਸਾਰਿਆਂ ਨੂੰ ਬੇਨਤੀ ਕਰਦਾ, ਜੇ ਅੱਜ ਤੁਸੀਂ ਇੱਥੇ ਬਿਜ਼ਨਸ ਕਰਦੇ ਆ, ਇਹ ਗੁਰੂ ਨਾਨਕ ਦੇਵ ਦੀ ਬਖਸ਼ਿਸ਼ ਹੈ, ਇਹਨੂੰ ਪਵਨ ਗੁਰੂ ਪਾਣੀ ਪੀਤਾ ਮਾਤਾ ਧਰਵਸਤ ਮੰਨ ਕੇ ਚੱਲੀਏ ਆਪਾਂ, ਇਹ ਬੁੱਢਾ ਨਾਲਾ ਨਹੀਂ ਹੈਗਾ ਵੀਰ ਮੇਰਿਆ, ਇਹ ਬੁੱਢਾ ਦਰਿਆ ਹੈਗਾ, ਇਹ ਬੁੱਢਾ ਦਰਿਆ ਬਣਾਈਏ ਆਪਾਂ, ਸਵੱਛ ਪਾਣੀ ਬਣਾਈਏ, ਕਿਉਂਕਿ ਇੱਥੇ ਕੁਛ ਸਮਾਂ ਪਹਿਲਾਂ, ਜੇ ਅੱਜ ਤੋਂ ਆਪਾਂ 30-35 ਪਹਿਲਾਂ ਸਾਲ ਚਲੇ ਜਾਈਏ, ਇੱਥੇ ਨਹਾਉਂਦੇ, ਕੱਪੜੇ ਵੀ ਧੋਂਦੇ ਸੀਗੇ ਅਤੇ ਨਹਾਉਂਦੇ ਵੀ ਸੀ, ਮੱਝਾਂ ਨੂੰ ਨਹਾਉਂਦੇ ਵੀ, ਪਾਣੀ ਵੀ ਪਿਆਉਂਦੇ ਸੀਗੇ, ਆਪਾਂ ਇਹਨੂੰ ਸਵੱਛ ਬਣਾਈਏ ਔਰ ਸਹੀ ਤਰੀਕੇ ਨਾਲ ਕਰੀਏ। ਜਿਹੜੀਆਂ ਸਰਕਾਰਾਂ ਅੱਜ ਤੋਂ 3 ਸਾਲ ਜਾਂ 2.5 ਸਾਲ ਪਹਿਲਾਂ ਗੱਲਾਂ ਕਰਦੀਆਂ ਸੀਗੀਆਂ, ਉਸ ਗੱਲਾਂ 'ਤੇ ਉਤਰੀ ਨਹੀਂ ਰਹੀਆਂ, ਉਹ ਸਾਡੇ ਨਾਲ ਬੜੀਆਂ ਵੜਕਾ ਮਾਰਦੇ ਸੀ, ਅੱਜ ਜਿਹੜੇ ਮੁੱਖ ਮੰਤਰੀ ਸਾਹਿਬ ਆ ਸਾਡੇ, ਜਾਂ ਮੰਤਰੀ ਆ ਜਾਂ ਹੋਰ ਵੀ ਹੈਗੇ ਆ, ਪਰ ਇਹਦੇ ਤੋਂ ਦੂਰ ਚਲੇ ਗਏ। ਪਹਿਲੀ ਸਰਕਾਰ ਆਈ ਪਤਾ ਨਹੀਂ ਕਿੰਨੇ 600 ਕਰੋੜ ਸੀਗਾ ਜੀ, ਹਾਂਜੀ 650 ਕਰੋੜ ਰੁਪਇਆ ਜਾਣਦੀ ਹੈ, ਬੁੱਢੇ ਦਰਿਆ ਲਈ ਪਾਸ ਹੋਇਆ ਵੀ ਸਫਾਈ ਕਰਨ ਲੱਗੇ, ਆਹ ਜਾਲੀਆਂ ਲਾ ਕੇ ਤਾਂ ਨਹੀਂ ਸਾਫ਼ ਹੁੰਦਾ, ਜਿਹੜੀਆਂ ਜਾਲੀਆਂ ਲਾਤੀਆਂ ਉਹਦੇ ਨਾਲ ਨਹੀਂ ਸਫਾਈ ਹੁੰਦਾ, ਸਫਾਈ ਤਾਂ ਅਵੇਅਰ ਕਰਨਾ ਪੈਣਾ, ਪਬਲਿਕ ਨੂੰ ਅਵੇਅਰ ਕਰਨਾ ਪੈਣਾ, ਇਹਨੂੰ ਪਾਣੀ ਨੂੰ ਆਪਾਂ ਸਾਫ਼ ਪਾਣੀ ਨੂੰ ਇੱਧਰ ਲਿਆਈਏ, ਜਿਹੜਾ ਗੰਦਾ ਪਾਣੀ ਆਪਣਾ ਟ੍ਰੀਟਮੈਂਟ ਕਰਕੇ ਉਹਨੂੰ ਜ਼ਮੀਨਾਂ ਨੂੰ ਦੇਈਏ, ਇਹ ਤਾਂ ਚੱਲਣਾ। ਸਾਰਿਆਂ ਅੱਗੇ ਬੇਨਤੀ ਕਰਦਾ ਮੈਂ ਸ਼ਹਿਰ ਵਾਸੀਆਂ ਅੱਗੇ, ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਹੋਣ ਦੇ ਨਾਤੇ ਮੈਂ, ਅਤੇ ਵੀਰਾਂ ਦਾ ਵੀ ਧੰਨਵਾਦ ਕਰਦਾ ਵੀ ਇਹਨੂੰ ਆਪਾਂ ਸਵੱਛ ਬਣਾ ਕੇ ਚੱਲੀਏ ਔਰ ਵਧੀਆ ਤਰੀਕੇ ਨਾਲ ਇਹਨੂੰ ਆਪਾਂ ਪਵਨ ਗੁਰੂ ਪਾਣੀ ਪੀਤਾ ਮਾਤਾ ਤੋਂ ਵਾਹਿਗੁਰੂ ਜੀ ਕਾ ਖਾਲਸਾ।